اعوذ باللہ من الشیطان الرجیم بسم اللہ الرحمن الرحیم السلام علیکم ناظرین کیا حال ہے سب کا امید ہے سب خیریت سے ہوں گے آج ہم ادھر آپ جیسے کہ آپ کو پتا ہے کہ آج 6 اگست ہے آٹھ دن بعد 14 اگست ہے آزادی کا دن ہے سب سے پہلے میں اپنا تعارف ساتھ تعارف کراتا چلوں میرا نام آپ جانتے ہیں نعیم اشفاق یہ میرے سگے نانا جی ہیں یہ میرے سگے دادا جی ہیں ان کا نام ملک محمد فتح محمد اوان صاحب ان کا نام ملک محمد اسحاق اوان صاحب جو کہ منچنا آباد کے آبائی گاؤں منچنا آباد اپنے آبائی گاؤں سے آئے ہیں جس کا نام منشی اتار اوانہ والی گاؤں ہے آج اس موضوع پہ ہم بات کریں گے نانا جی کی عمر 88 سال ہے جب پارٹیشن ہوئی 1947 میں اس وقت یہ 12 سال کے تھے ان کے اپنے زبانی جو وقت ان کا انڈیا ہندوستان میں گزرا اور پارٹیشن کے وقت جو معاملات وغیرہ جس طرح آئے جس طرح جی میں کہ گل لگی ہے بھی لوٹی پئی جٹکی زبان دے وچ لوٹی آخنے آپ تے وہ انہاں دے زبانی جڑا ہے نا آپ اج جڑا ڈسکس کران گے تے سادی زبان دے وچ ڈسکس کران گے اس تو پہلے یوٹیوب تے میرے چینل تے جنیاں بھی ویڈیو اپلوڈ ہو چکی ہیں جنیاں بھی گلاں ہو چکی ہیں انہاں نوں بھول جاؤ اج والی گل جڑی ہے تسی سنو گے تے دونوں پتہ چلے گا کہ واقعی کوئی کام دی گل لگی ہے تے بڑا تسی امپریسو ہو گے کہ پرانا دور کس طرح دا گیا سی کس طرح دے لوگ گئے سن تے چھوٹی جی ریکویسٹ ایک چینل مطلب جتھے تسی ویڈیو ویکھ رہے تھلے ایک سبسکرائب دا بٹن ہے سبسکرائب دا بٹن دب دیو میرا چینل سبسکرائب کرو اچھا جی گل شروع کردے ہاں السلام علیکم نانا جی کیا حال ہے ٹھیک ٹھاک جی اچھا جی تسی 1935 دے وچ ڈوڈی پیدائش ہوئی ہاں جی 12 سال جڑے گئے نے تساں اوتھے گزارے نے 12 سال دا بچہ جڑا ہوندا ہے چنگا بھلا سمجھدار ہوندا ہے چنگا بھلا سیاح ہوندا ہے اونوں پتہ ہوندا ہے بھی کس طرح مطلب کھانا پینا اٹھنا بیٹھنا ہر گل بات جڑا ہے نا چنگا بھلا سمجھدار ہوندا ہے تساں جڑے 12 سال اوتھے گزارے گئے نے تسی سانو شروع تو دسو بھی ڈوڈی پیدائش کیڑے اوتھے شہر چ ہوئی ਅਤੇ ਫਿਰ ਜਿਹੜਾ ਹੈਗਾ ਤੁਸੀਂ ਮਤਲਬ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ 12 ਸਾਲ ਗੁਜ਼ਾਰੇ ਗਏ ਨੇ ਡੋਡਾ ਵਕਤ ਹਿੰਦੂਆਂ ਦੇ ਵਿੱਚ ਤੁਸੀਂ ਰਹਿੰਦੇ ਸੋ ਉੱਥੇ ਡੋਡਾ ਵਕਤ ਕਿਸ ਤਰ੍ਹਾਂ ਗੁਜ਼ਰਾ ਡੋਡੇ ਜਿਹੜੇ ਹੈਗੇ ਨਾ ਤੁਸੀਂ ਡੋਡੀ ਇਸਲਾਮੀ ਆਜ਼ਾਦੀ ਕਿਸ ਤਰ੍ਹਾਂ ਹੈਗੀ ਸੀ ਫਿਰ ਜਿਹੜਾ ਹੈਗਾ ਨਾ ਸਾਰੇ ਰਹਿਣ ਸਹਿਣ ਹਰ ਚੀਜ਼ ਤੁਸੀਂ ਸਾਨੂੰ ਇਸ ਦੇ ਬਾਰੇ ਜ਼ਰਾ ਦੱਸੋ ਆਪਣੇ ਅਲਫਾਜ਼ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਹਿੰਦੁਸਤਾਨ ਦੇ ਵਿੱਚ 12 ਸਾਲ ਗੁਜ਼ਾਰੇ ਹਿੰਦੁਸਤਾਨ ਦੇ ਵਿੱਚ 12 ਸਾਲ ਇਸ ਤਰੀਕੇ ਨਾਲ ਗੁਜ਼ਾਰੇ ਨੇ ਕਿ ਉਦੋਂ ਮੇਰੀ ਉਮਰ ਕੋਈ 15 ਸਾਲ ਆਈ 15 ਸਾਲ ਆਈ ਜਦੋਂ ਲੋਟੀ ਪਈ ਜਦੋਂ ਹਾਂਜੀ 14-15 ਸਾਲ ਉਹ ਉਮਰ ਹੈਗੀ ਜੀ ਜੀ ਉਦੋਂ ਬਾਅਦ ਦੇ ਵਿੱਚ ਉਹ ਉੱਥੋਂ ਕਿ ਅੰਦਰ ਉਹ ਕਿ ਆਪਣੇ ਡਾਕਟਰ ਹੁੰਦਾ ਸੀ ਉਹਦੇ ਕੋਲ ਮੈਂ ਬਿਮਾਰ ਹੋ ਗਿਆ ਅਤੇ ਮੇਰੇ ਪਿਓ ਮੈਨੂੰ ਉੱਠ ਕੇ ਲੈ ਗਿਆ ਸੀ ਉੱਥੋਂ ਜਾ ਕੇ ਚੱਲੇ ਟੀਕਾ ਲਵਾਇਆ ਟੀਕੇ ਲਵਾਇਆ ਪਾਣੀ ਪੀਤਾ ਪਾਣੀ ਪੀ ਕੇ ਅਤੇ ਉੱਥੋਂ ਵਾਪਸ ਦਵਾਈ ਲੈ ਕੇ ਅਤੇ ਘਰ ਆ ਗਏ ਸਾਡੇ ਪਿੰਡ ਦੇ ਵਿੱਚ ਸਾਰਾ ਪਿੰਡ ਸੀ ਨਾ ਨਾਂ ਸੀ ਉਸਦਾ ਦਾਲਿਆ ਦਾਲਿਆ ਅੱਛਾ ਇਹ ਦਾਲੇ ਵਾਲਾ ਕਿਹੜੀ ਜਗ੍ਹਾ 'ਤੇ ਗਿਆ ਮਤਲਬ ਕਿ ਕਸੂਰ ਦੇ ਨਾਲ ਹੈ ਮਿੰਚਨਾਬਾਦ ਦੇ ਨਾਲ ਹੈ ਬਾਵਲ ਨਗਰ ਦੇ ਨਾਲ ਹੈ ਕਿਹੜੀ ਜਗ੍ਹਾ ਤੇ ਰਾਮਨਗਰ ਦੇ ਨਾਲ ਰਾਮਨਗਰ ਤਹਿਸੀਲ ਸੀ ਦਾਲੇ ਵਾਲਾ ਪਿੰਡ ਸੀ ਕਿਸ ਤਰ੍ਹਾਂ ਥੋੜਾ ਜਿਹਾ ਹਾਂ ਦਾਲੇ ਵਾਲਾ ਪਿੰਡ ਸੀ ਤੇ ਰਿਆਸਤ ਬੀਕਾਨੇਰ ਰਾਮਨਗਰ ਰਿਆਸਤ ਬੀਕਾਨੇਰ ਰਿਆਸਤ ਬੀਕਾਨੇਰ ਸੀ ਹਾਂਜੀ ਤੇ ਫਿਰ ਸਾਨੂੰ ਲੱਗਦਾ ਸੀ ਕਿ ਇਹਨਾਂ ਨੇ ਤਕਰੀਬਨ ਕਿੰਨਾ ਸਫ਼ਰ ਹੈਗਾ ਜਿਵੇਂ ਨਾ ਮਿੰਚਨਾਬਾਦ ਤੋਂ ਬਾਰਡਰ ਇੰਨਾ ਅੱਗੇ ਜਾਂ ਥੋੜਾ ਹੈਗਾ 5 ਮੀਲ ਸਫ਼ਰ ਹੈ 5 ਮੀਲ ਮਿੰਚਨਾਬਾਦ ਤੋਂ 5 ਮੀਲ 26 ਬਾਰ ਜਾਣਾ ਅੱਛਾ ਅੱਗੇ ਪਿਆ ਤਾਂ ਦਾਲਿਆ ਵਾਲਾ ਆ ਜਾਂਦਾ ਅੱਛਾ ਦਾਲਿਆ ਵਾਲਾ ਆ ਜਾਂਦਾ
ਤੇ ਫਿਰ 300 ਘਰ ਸੀ 300 ਘਰ 300 ਘਰ ਸੀ 300 ਘਰ ਚੋਟੀਏ ਜੋਈਏ ਅਮਾਨ ਇਹ ਤਰਾ ਕੌਮਾਂ ਸਨ ਹਿੰਦੂ ਕੋਈ ਨਹੀਂ ਸੀ ਸਿਰਫ ਚੂੜੇ ਹਾਏ ਮਤਲਬ ਨੌਕਰ ਸ਼ੋਕਰ ਜਿਹੜੇ ਨੌਕਰੀ ਕਰਦੇ ਆ ਹੋਰ ਕਹਿੰਦਾ ਨਾ ਉੱਥੇ ਰਕਬੇ ਵਾਲਾ ਕੋਈ ਨਹੀਂ ਸੀ ਇਹ ਸਾਬੇ ਵਾਲੇ ਦੇ ਵਿੱਚ ਹਿੰਦੂ ਇਹ ਸਭ ਮੁਸਲਮਾਨ ਨਹੀਂ ਸਨ ਅੱਛਾ ਮੁਸਲਮਾਨ ਮਤਲਬ ਸਾਹਿਬੇ ਹਸੀਅਤ ਹੈਗੇ ਸਨ ਜ਼ਿਮੀਦਾਰ ਉੱਥੋਂ ਦੇ ਗਏ ਸਨ ਵੱਡੇ ਹਾਂ ਉੱਥੋਂ ਦੇ ਜ਼ਿਮੀਦਾਰ ਸਨ ਜੋ ਚੋਟੇ ਜਾਂ ਜੋਈਏ ਅੱਛਾ ਜਾਂ ਚੋਟੀਏ ਜਾਂ ਜੋਈਏ ਜਾਂ ਅਮਾਨ ਇਹ ਤਿੰਨ ਕੌਮਾਂ ਸਨ ਉੱਥੇ ਅਤੇ ਤੁਸੀਂ ਜਿਹੜਾ ਉੱਥੇ ਆਪਣੀ ਤਲੀਮ ਦਾ ਸਿਲਸਿਲਾ ਜਿਹੜਾ ਜਾਰੀ ਕੀਤਾ ਮਤਲਬ ਸਕੂਲ ਪੜ੍ਹਨਾ ਜਾਂ ਮਦਰਸਾ ਪੜ੍ਹਨਾ ਉਹ ਕਿਆ ਉੱਥੇ ਤੁਸੀਂ ਮੁਕੰਮਲ ਕੀਤਾ ਸੀ ਉੱਥੇ ਪੜ੍ਹਦੇ ਰਹੇ ਸੀ 12 ਸਾਲ ਦੀ ਉਮਰ 'ਚ ਕੀ ਪੜ੍ਹਿਆ ਸੀ ਤੁਸੀਂ ਨਹੀਂ ਕੋਈ ਨਹੀਂ ਪੜ੍ਹਿਆ ਕੋਈ ਨਹੀਂ ਪੜ੍ਹਿਆ ਕੋਈ ਨਹੀਂ ਪੜ੍ਹਿਆ ਅੱਛਾ ਮਤਲਬ ਉਸ ਦੌਰ ਦੇ ਵਿੱਚ ਐਡਾ ਪੜ੍ਹਾਈ ਪਾਕਿਸਤਾਨ ਦਾ ਪਤਾ ਹੀ ਕੋਈ ਨਹੀਂ ਸੀ ਅੱਛਾ ਪੜ੍ਹਾਈ ਦਾ ਐਡਾ ਰੁਝਾਨ ਨਹੀਂ ਸੀ ਉਦੋਂ ਕੋਈ ਨਹੀਂ ਸੀ ਉਦੋਂ ਜਦੋਂ ਪਾਕਿਸਤਾਨ ਨੂੰ ਵੜੇ ਆ ਨਾ ਹਾਂਜੀ ਉਦੋਂ ਫਿਜ਼ਾਇਸ਼ਾ ਮੈਂ ਪੜ੍ਹਦਾ ਰਿਹਾ ਮਿੰਟ ਦਾ ਬਾਅਦ ਅੱਛਾ ਤੁਸੀਂ ਜਦੋਂ ਉਦੋਂ ਆਏ ਜੇ 1947 ਦੇ ਵਿੱਚ ਬਲਕਿ ਇਸ ਪਿੱਛੇ ਗੱਲ ਕਰਨੀ ਇਹ ਪਹਿਲਾਂ ਪਿੱਛੇ ਮੁਕੰਮਲ ਕਰ ਲੈਂਦੇ ਹਾਂ ਬਈ ਜਿਹੜੇ ਤੁਹਾਡੇ 12 ਸਾਲ ਗੁਜ਼ਰੇ ਗਏ ਨੇ ਤੁਹਾਡੇ ਨਾਲ ਦੇ ਦੋਸਤ ਸਾਰੇ ਜਿਹੜੇ ਹੈਗੇ ਨੇ ਤੁਹਾਨੂੰ ਕਿੰਨਾ ਯਾਦ ਆਉਂਦੇ ਨੇ ਕਿਸ ਤਰ੍ਹਾਂ ਦੋਨੋਂ ਸਾਰਾ ਪਤਾ ਹੋਣਾ ਤੁਹਾਨੂੰ ਸਾਰਾ ਯਾਦ ਹੋਣਾ ਵੀ ਮੇਰਾ ਫਲਾਣਾ ਬੇਲੀ ਸਿਰਸ਼ਦ ਨਾਂ ਦਾ ਜਾਂ ਫਲਾਣਾ ਸਿੰਘ ਜਾਂ ਫਲਾਣਾ ਹਿੰਦੂ ਜਾਂ ਫਲਾਣਾ ਇਕੱਠੇ ਖੇਡਣਾ ਹੱਸਣਾ ਬੈਠਣਾ ਮਤਲਬ ਇਵੇਂ ਕਰਕੇ ਵਕਤ ਬੜਾ ਯਾਦ ਆਉਂਦਾ ਹੋਣਾ ਬੜਾ ਵਕਤ ਮਿਸ ਕਰਦੇ ਉਸ ਕਦੀ ਕਦੀ ਜਗਨ ਚੂੜਾ ਹੁੰਦਾ ਸੀ ਉਹ ਬੇਲੀ ਸੀ ਉਸਦਾ ਪੁੱਤਰ ਉਹਦਾ ਪੁੱਤਰ ਮੇਰਾ ਬੇਲੀ ਸੀ ਅੱਛਾ ਉਹ ਖੇਡਦਾ ਹੁੰਦਾ ਸੀ ਕਿ ਇਹਨਾਂ ਨੇ ਮਿਸ ਨਾਲ ਉਹਨੇ ਦੁਕਾਨ ਪਾਈ ਹੋਈ ਸੀ ਦੁਕਾਨ ਕਰਿਆਨੇ ਦੀ ਅਤੇ ਉਹ ਕਿਹਾ ਆਪਣਾ ਬਾਹਰ ਉਹਦਾ ਪੁੱਤਰ ਕੋਈ 10 ਸਾਲਾਂ ਦਾ ਉਹ ਵੀ ਆ 8-10 ਸਾਲਾਂ ਦਾ ਉਹ ਬਾਹਰ ਨਿਕਲ ਕੇ ਗਲੀ 'ਤੇ ਆ ਜਾਂਦਾ ਹੁੰਦਾ ਅਤੇ ਅਸੀਂ ਦੋਵੇਂ ਸੋਟੀਆਂ ਲੈ ਕੇ ਅਤੇ ਗੇਂਦ ਨਾਲ ਖੇਡਦੇ ਹੁੰਦੇ ਸੀ ਕੁੱਦੂ ਲੈ ਕੇ ਅਤੇ ਇਹ ਜਿਹੜਾ ਹੈਗਾ ਦਾਦਾ ਜੀ ਤੁਹਾਡੇ ਤੋਂ 10 ਸਾਲ ਛੋਟੇ ਨੇ ਹਾਂ ਇਹ ਮੈਥੋਂ ਕਿੱਦਾਂ 8-10 ਸਾਲ ਅੱਛਾ 10 ਸਾਲ ਛੋਟੇ ਅਤੇ ਇਹਨਾਂ ਦੀ ਜਿਹੜੀ ਪੈਦਾਇਸ਼ ਹੈਗੀ ਸੀ ਇਹ ਇੰਡੀਆ 'ਚ ਹੋਈ ਸੀ ਜਾਂ ਇੰਡੀਆ 'ਚ 2.5 ਸਾਲ ਦਾ ਸੀ ਜਦੋਂ ਲੋੜੇ ਦੌੜ ਪਈ ਅੱਛਾ ਅੱਛਾ ਮਤਲਬ 45 ਦੀ ਤਕਰੀਬਨ 2 ਸਾਲ 45 ਦੀ ਪੈਦਾਇਸ਼ ਹੈਗੀ 47 ਜਿਹੜਾ ਹੈਗਾ ਅੱਛਾ ਅੱਛਾ ਅਤੇ ਫਿਰ ਜਿਹੜਾ ਹੈਗਾ ਤੁਸੀਂ ਉੱਥੇ ਰਹਿ ਜ਼ਿਮੀਦਾਰਾਂ ਵਗੈਰਾ ਹੀ ਕਰਦੇ ਜ਼ਿਮੀਦਾਰਾਂ ਉੱਥੋਂ ਦਾ ਕੰਮ ਕਰਦੇ ਸਰ ਜ਼ਿਮੀਦਾਰਾਂ ਅਤੇ ਇਹ ਜਿਹੜਾ ਜਿਸ ਤਰ੍ਹਾਂ ਹੁਣ ਮਾਮਲਾਤ ਖਰਾਬ ਹੈਗੇ ਨੇ ਵੀ ਹਿੰਦੂ ਜਿਹੜੇ ਹੈਗੇ ਨੇ ਮੁਸਲਮਾਨਾਂ ਨੂੰ ਬੜਾ ਤੰਗ ਕਰਦੇ ਹੈਗੇ ਨੇ ਇੰਡੀਆ ਦੇ ਵਿੱਚ ਜਾਂ ਜਿੱਥੇ ਵੀ ਜਿਹੜੇ ਤੁਸੀਂ ਸੁਣਦੇ ਹੀ ਉਸ ਦੌਰ ਦੇ ਵਿੱਚ ਉਦੋਂ ਕੋਈ ਨਹੀਂ ਕਰਦੇ ਸਨ ਅੰਦਰ ਬਾਜੀ ਚੱਲਦੇ ਹੁੰਦੇ ਆ ਸਾਡੇ ਗਵਾਂਢ ਆਪਣੇ ਦੱਖਣ ਵਾਲੇ ਪਾਸੇ ਲਾਂਦੇ ਵਾਲੇ ਪਾਸੇ ਇਸ ਪਾਸੇ ਸਿੱਖਾਂ ਦਾ ਪਿੰਡ ਸੀ ਹਾਂਜੀ ਅਤੇ ਉਸ ਉਹ ਪਿੰਡ ਸਾਡੇ ਸਾਡੀ ਜ਼ਮੀਨ ਦੇ ਨਾਲ ਬੰਨਾ ਹੁੰਦਾ ਅਤੇ ਸਾਡਾ ਇਕੱਠਾ ਇਕੱਠਾ ਸੀ ਖਾਲਾ ਲੱਗਦਾ ਸੀ ਖਾਲੇ ਦੇ ਨਾਲ ਕਹਿੰਦਾ ਨਾ ਰਕਬਾ ਹੁੰਦਾ ਸੀ ਇੱਕ ਪਾਸੇ ਅਤੇ ਇੱਕ ਪਾਸੇ ਸਾਡਾ ਪੂਰਾ ਦਾਲੇ ਵਾਲਾ ਅਤੇ ਇਹ ਦੂਸਰਾ ਐਵੇਂ ਹੀ ਮਤਲਬ ਇਕੱਠਾ ਰਹਿੰਦੇ ਜਿਵੇਂ ਕਿ ਤੁਸੀਂ ਬਾਵਨ ਨਗਰ 'ਚੋਂ ਇੱਥੇ ਆਏ ਜੇ ਉਕਾੜੇ ਵੀ ਜਿਵੇਂ ਇੱਕੋ ਜਗ੍ਹਾ ਹੈਗੀ ਸਾਰੇ ਕੋਈ ਮਸਲਾ ਮਸਾਇਲ ਨਹੀਂ ਹੈਗਾ ਐਵੇਂ ਇੰਡੀਆ ਸੀ ਐਵੇਂ ਪਾਕਿਸਤਾਨ ਫਿਰ ਕੁਝ ਮਸਾਇਲ ਦੀ ਬਣਿਆ ਅਤੇ ਮਜ਼ਹਬੀ ਜਿਹੜਾ ਹੈਗਾ ਨਾ ਹਰ ਚੀਜ਼ ਜਿਹੜਾ ਹੈਗਾ ਨਾ ਜੋ ਵੀ ਉਹਦੇ ਵਜ੍ਹਾ ਤੋਂ ਪਾਰਟੀਸ਼ਨ ਹੋਈ ਅਤੇ ਇਹ ਦੋਨੋਂ ਕਿੰਨਾ ਕੁ ਚਿਰ ਪਹਿਲੇ ਪਤਾ ਚੱਲ ਗਿਆ ਸੀ ਜਿਵੇਂ ਕਿ ਅੱਜ 6 ਅਗਸਤ ਹੈਗਾ ਅੱਜ ਤੂੰ 8 ਦਿਨ ਬਾਅਦ 14 ਅਗਸਤ ਹੈਗਾ 14 ਅਗਸਤ ਵਾਲੇ ਦਿਨ ਹੀ ਲੋਟੀ ਪਈ ਸੀ ਨਾ 14 ਅਗਸਤ ਵਾਲੇ ਦਿਨ ਪਾਰਟੀਸ਼ਨ ਹੋਈ ਸੀ 14 ਅਗਸਤ ਦੋਨੋਂ ਕਦੋਂ ਪਤਾ ਚੱਲਾ ਸੀ ਕਿੰਨੇ ਕੁ ਦਿਨ ਪਹਿਲੇ ਪਤਾ ਚੱਲ ਗਿਆ ਸੀ ਵੀ ਅਸੀਂ ਜਿਹੜਾ ਹੈਗਾ ਨਾ ਸਾਨੂੰ ਇੱਥੇ ਜਾਣਾ ਪੈਣਾ ਹੈਗਾ ਸਾਡਾ ਮਤਲਬ ਪਾਕਿਸਤਾਨ ਇੱਕ ਅਲੱਗਾ ਮੁਲਕ ਬਣ ਰਿਹਾ ਹੈਗਾ ਅਤੇ ਕਿਸ ਤਰੀਕੇ ਨਾਲ ਦੋਨੋਂ ਪਤਾ ਚੱਲਦਾ ਸੀ ਰੇਡੀਓ ਵਗੈਰਾ ਹੁੰਦਾ ਸੀ ਜਾਂ ਵੈਸੇ ਬੰਦਿਆਂ ਦੇ ਗੱਲੀ ਬਾਤੀ ਕਿਵੇਂ ਪਤਾ ਚੱਲਦੀ ਗੱਲੀ ਬਾਤੀ ਮਤਲਬ ਪਿੰਡ 'ਚ ਕੋਈ ਇੱਕ ਅੱਧਾ ਹੋਣਾ ਨਹੀਂ ਪਿੰਡ 'ਚ ਵੀ ਕੋਈ ਹੁੰਦਾ ਸੀ ਸ਼ਹਿਰਾਂ ਦੇ ਵਿੱਚ ਉਹਦੇ ਵਿੱਚ ਮਤਲਬ ਉਹ ਗੱਲਾਂ ਬਾਤਾਂ ਕਰਦੇ ਆ ਵੀ ਪਾਕਿਸਤਾਨ ਦਾ ਜੀ ਬਣਨਾ ਚਾਹੀਦਾ ਬੰਦਾ ਪੁੱਛਣਾ ਵੀ ਕੀ ਹੁੰਦਾ ਪਿਆ ਕੀ ਹੁੰਦਾ ਉਹਨਾਂ ਆਖਣਾ ਵੀ ਪਾਕਿਸਤਾਨ ਦਾ ਦਸਤਾਨ ਜਿਹੜਾ ਰਾਜਾ ਹੈ ਨਾ ਬੀਕਾਨੇਰੀਆ ਹਾਂ
ਉਹ ਰਾਜਾ ਕਹਿੰਦੇ ਨੇ ਜਦੋਂ ਇਹ ਰੌਲਾ ਪਿਆ ਸੀ ਉਦੋਂ ਰਾਜਾ ਆਇਆ ਸੀ ਸਾਧਾ ਲੈ ਅੱਛਾ ਉਹਨਾਂ ਕੰਧ ਘੱਟ ਤੋਂ ਘੱਟ ਇਹਨਾਂ ਅਤੇ ਕਹਿੰਦੇ ਨੇ ਮੇਰੇ ਨਾਲ ਉਹ ਕਹਿੰਦੇ ਨੇ ਚਾਰ ਫੁੱਟ ਉੱਚਾ ਸੀ ਅੱਛਾ ਮਤਲਬ ਅੱਠ ਨੌ ਫੁੱਟ ਉਹਦਾ ਕੱਦ ਹੈਗਾ ਅੱਠ ਨੌ ਫੁੱਟ ਉਹਦਾ ਕੱਦ ਸੀ ਉਸ ਸਿੱਖ ਦਾ ਉਹ ਸਿੱਖ ਸੀ ਉਹ ਰਿਆਸਤ ਦਾ ਮਾਲਕ ਸੀ ਉਸ ਰਿਆਸਤ ਬੀਕਾਨੇਰ ਦੂਸਰਾ ਬੀਕਾਨੇਰ ਰਿਆਸਤ ਬੀਕਾਨੇਰ ਉਹਦੀ ਹੈ ਉਸ ਰਾਜੇ ਉਹ ਆਇਆ ਸੀ ਸਾਡੇ ਪਿੰਡ 'ਚ ਅਤੇ ਆ ਕੇ ਅਤੇ ਉਸ ਮਿੰਨਤਾਂ ਮੁਤਾਜੀਆਂ ਕੀਤੀਆਂ ਸਨ ਭਈ ਆਰਾਮ ਨਾਲ ਬਹਿ ਜਾਓ ਤੁਸੀਂ ਤੁਹਾਡੀ ਕੋਈ ਤਕਲੀਫ ਹੋਵੇਗੀ ਤਾਂ ਮੈਂ ਕਿਹਨਾਂ ਨੇ ਬਰਦਾਸ਼ਤ ਕਰਾਂਗਾ ਮੈਂ ਬਰਦਾਸ਼ਤ ਕਰਾਂਗਾ ਮੈਂ ਤੁਹਾਡਾ ਪਹਾਰਾ ਦੇਵਾਂਗਾ ਅਸੀਂ ਆਖਿਆ ਨਹੀਂ ਤੁਹਾਡਾ ਸਾਡਾ ਹੈ ਦੀਨ ਦਾ ਰੌਲਾ ਪੈ ਗਿਆ ਸਾਡਾ ਦੀਨ ਵੱਖਰਾ ਹੋ ਗਿਆ ਅਤੇ ਅਸੀਂ ਉਹ ਤਾਂ ਵਾਸਤੇ ਉੱਥੋਂ ਨਿਕਲਾਂਗੇ ਜੇ ਨਿਕਲਦੇ ਪਏ ਆਏ ਇੱਥੋਂ ਜੇ ਤਾਂ ਅਸੀਂ ਤੁਹਾਡੇ ਵਾਲਾ ਛੱਡਦੇ ਨਹੀਂ ਹੈ ਅੱਛਾ ਅਤੇ ਇਹ ਜਿਹੜਾ ਹੈਗਾ ਤੁਸੀਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਨਾ ਬਰਾਦਰੀ ਤੁਹਾਡੀ ਇਹਦੇ ਰਹਿੰਦੀ ਸੀ ਮਤਲਬ ਇਹਦੀ ਸਾਈਡ 'ਤੇ ਜਿਹਦੇ ਤੁਸੀਂ ਆਏ ਮੇਰੀ ਇੱਥੇ ਪਤਨੀ ਹੋਈ ਸੀ ਉਦੋਂ ਜਿੱਥੇ ਜਦੋਂ ਤੁਸੀਂ ਸਾਰਾ ਤੋਂ ਪਹਿਲੇ ਉੱਥੋਂ ਆਏ ਸੋ ਬਿੰਚਰਾਬਾਦ ਇੱਥੋਂ ਮਾਨ ਵਾਲੀ ਬਹਿਣੀ ਪਿੰਡ 'ਚ ਆਏ ਸੋ ਜਿੱਥੇ ਹਾੜ ਤੇ ਫਿਰ ਤੁਸੀਂ ਉੱਥੇ ਗਏ ਬੈਠੇ ਜੋ ਉਸ ਤੋਂ ਬਿੰਚਰਾਬਾਦ ਆਉਣ ਤੋਂ ਬਾਅਦ ਵੀ ਤੁਸੀਂ ਇੱਕ ਵਾਰੀ ਰਾਵੀ ਗਏ ਰਾਵੀ ਤੋਂ ਬਾਅਦ ਜਿਹੜਾ ਸ਼ਾਮ ਕੀ ਮਾਏ ਉਹ ਜਿਹੜਾ ਸ਼ਾਮ ਕੀ ਫਿਰ ਬਿੰਚਰਾਬਾਦ ਨਹੀਂ ਨਹੀਂ ਪਹਿਲੇ ਸਾਰੇ ਤੋਂ ਪਹਿਲਾਂ ਜਦੋਂ ਤੁਸੀਂ ਆਏ ਜੇ ਬਿੰਚਰਾਬਾਦ ਉੱਥੇ ਕਿੰਨਾ ਚਿਰ ਤੁਸੀਂ ਰਹੇ ਸਾਲ ਡੇਢ ਰਹੇ ਉਸ ਤੋਂ ਬਾਅਦ ਫਿਰ 15 ਸਾਲ ਰਾਵੀ ਰਹੇ ਦਸ ਸਾਲ ਜਿਹੜਾ ਹੈਗਾ ਤੁਸੀਂ ਜਿਹੜਾ ਸ਼ਾਮ ਕੀ ਮਿਲਾ ਉਹ ਜਿਹੜਾ ਸ਼ਾਮ ਕੀ ਜੋ ਫਿਰ ਅੱਛਾ ਨਾਜ਼ਰੀਨ ਤੁਹਾਨੂੰ ਦੱਸਦਾ ਚੱਲਾਂ ਕਿ ਅਸੀਂ ਇਸ ਟਾਈਮ ਉਕਾੜਾ ਜਿਹੜਾ ਹੈਗਾ ਨਾ ਉਕਾੜਾ ਜ਼ਿਲ੍ਹਾ ਉਹਦੀ ਇੱਕ ਗਾਓਂ ਹੈਗਾ 40 ਟੂਵਲ ਉੱਥੇ ਅਸੀਂ ਬੈਠੇ ਗਏ ਹਾਂ ਕਲੈਰੀਫਿਕੇਸ਼ਨ ਵਾਸਤੇ ਅੱਛਾ ਅਤੇ ਇਹ ਦੂਸਰਾ ਫਿਰ ਤੁਸੀਂ ਉੱਥੇ ਚਲੇ ਗਏ ਉੱਥੇ ਸ਼ੁਰੂ ਤੋਂ ਤਕਰੀਬਨ 30 ਸਾਲ ਤੋਂ ਤੁਸੀਂ ਉੱਥੇ ਬੈਠੇ ਗਏ ਜੀ ਆਉਣ ਵਾਲੀ ਬਿਆਨੀ ਮਨਸ਼ੂਰ ਅਤੇ ਫਿਰ ਜਿਹੜਾ ਹੈਗਾ ਨਾ ਤੁਸੀਂ ਉੱਥੇ ਜਦੋਂ ਆਉਣ ਲੱਗੇ ਰਸਤੇ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੁਸ਼ਵਾਰ ਅਤੇ ਨਾਲ ਲੈ ਕੇ ਕੀ ਤੁਸੀਂ ਆਏ ਮਿਸਾਲ ਤੌਰ 'ਤੇ ਇੱਥੋਂ ਤੁਰਨਾ ਆ ਪਿੰਡ ਛੱਡਣਾ ਦੋਵੇਂ ਉਹ ਜਾਨਾ ਜਾਨਾ ਲੈ ਕੇ ਤੁਰੇ ਸਾਰੇ ਸਮਾਨ ਘੁੱਟ ਬਰੇ ਬਰਾਏ ਉਹ ਮੈਂ ਛੱਡ ਕੇ ਤੁਰੇ ਅੱਛਾ ਕੋਈ ਕੋਈ ਬੰਦੇ ਜਿਹੜੇ ਨਾ ਮਾਲ ਡੰਗੇ ਅਤੇ ਗੱਡੇ ਜੋੜ ਲੈਂਦੇ ਸਨ ਅਤੇ ਉਹ ਨਾ ਜੋੜ ਲਿਆ ਗਿਆ ਅਤੇ ਨਹੀਂ ਤਾਂ ਬਾਕੀ ਸਾਰੇ ਸਮਾਨ ਅਤੇ ਘਰੇ ਬਰੇ ਬਰਾਏ ਦਾਣੇ ਦੇ ਘੁੱਟੇ ਬਰੇ ਬਰਾਏ ਪਏ ਦਾਣੇ ਪਏ ਘੁੱਟੇ ਸਿਰ ਤੇ ਬਰੇ ਪਏ ਅਤੇ ਛੱਡ ਕੇ ਅਤੇ ਬਸ ਜਿਹੜਾ ਉਹ ਮਤਲਬ ਰਾਜਾ ਬੀਕਾਨੇਰ ਵਾਲਾ ਤਾਂ ਕਰਦਾ ਜ਼ੋਰ ਵੀ ਆਰਾਮ ਨਾਲ ਬੈਠੇ ਰਹੋ ਕੋਈ ਬੰਦਾ ਨਹੀਂ ਪੁੱਛੇਗਾ ਤੂੰ ਹਾਂ ਬੋਲਿਆ ਜੀ ਕੋ ਅੱਛਾ ਵੀ ਕਿਸ ਤਰ੍ਹਾਂ ਦਾ ਉਹ ਵਕਤ ਹੈਗਾ ਸੀ ਵੀ ਜਿਸ ਟਾਈਮ ਤੁਸੀਂ ਸਾਰੀ ਆਪਦੀ ਜਾਇਦਾਦ ਵੀ ਛੱਡ ਦਿੱਤੀ ਸਾਰਾ ਕੁਛ ਛੱਡ ਕੇ ਚਲੀਆਂ ਜਿਵੇਂ ਕਿਆਮਤ ਤਰ੍ਹਾਂ ਕਿਆਮਤ ਆ ਗਈ ਹੈ ਮੁਸਲਮਾਨ ਇੰਝ ਕਰਕੇ ਆਏ ਸਨ ਅਤੇ ਜਦੋਂ ਜ਼ੀਰੋ ਲੈਣ ਦੇ ਉੱਤੇ ਆਇਆ ਉੱਥੇ ਇੰਨੀ ਸਲਵਾੜ ਹੈਗੀ ਸੀ ਨਾ ਕੋਈ ਹੱਦ ਤੋਂ ਪਰ ਵੀ ਮੁਸਲਮਾਨਾਂ ਨੂੰ ਇੱਥੋਂ ਲੁੱਟਣਾ ਹੈ ਅੱਛਾ ਜ਼ੀਰੋ ਲੈਣ 'ਤੇ ਹਾਂ ਜ਼ੀਰੋ ਲੈਣ 'ਤੇ ਮੁੜ ਉਹ ਜਿਹੜਾ ਹੈ ਅਤੇ ਰਾਤ ਨੂੰ ਮਤਲਬ ਉੱਥੇ ਗੱਡੇ ਠਲੀਜੇ ਉੱਥੋਂ ਬੰਦੇ ਚਾਰ ਗੱਲੇ ਘੋੜਿਆਂ 'ਤੇ ਅਤੇ ਹੱਦ ਜਿਹੜੀ ਇੰਡੀਆ ਦੀ ਅਤੇ ਪਾਕਿਸਤਾਨ ਦੀ ਬਣੀ ਸੀ ਉਹਦੇ ਅੱਗੇ ਮੰਡੀ ਸਾਧਕ ਗੰਜ ਬਿਲਕੁਲ ਬਿਲਕੁਲ ਮੰਡੀ ਸਾਧਕ ਗੰਜ ਦੇ ਵਿੱਚੋਂ ਮਤਲਬ ਫੌਜ ਲੈ ਕੇ ਫੌਜੀ ਛੇ ਸੱਤ ਬੰਦੇ ਪਠਾਨ ਫੌਜੀ ਹੈਗੇ ਆ ਜ਼ੀਰੋ ਲੈਣ ਦੇ ਉੱਤੇ ਜਾ ਕੇ ਤੋਫਾਂ ਲਾਈਆਂ ਭਾਂਗਾ ਅਤੇ ਜੇ ਬਸ ਚੜਿਆ ਤਾਂ ਉਸ ਵਾਰ ਝੰਡੇ ਉੱਤੋਂ ਜਿਹੜਾ ਐਲਾਨ ਹੋ ਗਿਆ ਵੀ ਮੁਸਲਮਾਨ ਜੋ ਹੈਗਾ ਆਓ ਵੀ ਅਤੇ ਸਿੱਖ ਵੇਖ ਕੇ ਤਾਂ ਬੋੜਾ ਧੀਆ ਵਿਆਹ ਕਰ ਮੁਸਲੀਆਂ ਜਾਤੀਆਂ ਬਗੈਰ ਹੱਥ ਲਾਇਆ ਹੈ ਰਾਜਾ ਮਾਰ ਕਰਦੇ ਅੱਲਾ ਨੇ ਸਾਨੂੰ ਖੈਰੀ ਸਲਾਮ ਅੱਛਾ ਸਿੱਖ ਉਹ ਤਾਂ ਮੁਖਾਲਫ ਹੈਗੇ ਸਨ ਅਤੇ ਸਿੱਖ ਜ਼ੀਰੋ ਲੈਣ ਤੇ ਆ ਕੇ ਉਦੋਂ ਮੁਖਾਲਫ ਹੈਗੇ ਸਨ ਹੁਣ ਤਾਂ ਜ਼ੀਰੋ ਵਾਲੇ ਸਨ ਜਿਹੜੇ ਉਹ
لیکن آپا جڑا گا فلماں وغیرہ چ جویں ویکھنے ہیں شاید اے فلماں چ حقیقت ہے یا ویسے زبانی جڑا سننے ہے گلاں ہی بگلی باتی پھر کرتار پور آندے نے اے تے بڑی تعریف کردے نے مسلماناں دی پنجابی تعریف بجو جدوں رال کے بیٹھے آ اودوں کردے آ سارے اچھا جڑے مخالف وچو مطلب جڑے جانو بوجھو نہیں آئے تے روپے لوٹن والے آ او اکٹھے ہوندے آ ویکھ مسلماناں نوں لوٹ لوا دے حالانکہ کئی قافلے لوٹی جے وی دے لوکاں نے مطلب مال کھول ہے پیسے کھول ہے تے ہور چیزاں کھول ہیں کئی قافلے بیچارے اج بس جانا لے کے نکلے مطلب ایویں صاحب ہو گیا بھی آ پنڈ چوں اپاں اٹھنا پے جاوے تے باقی جڑے نے او آندے نے بھی انہاں کو جڑی شے لائی جاوے لا لئی لا لئی ویلا جاون دے انہاں نوں ہو سکے تے انہاں نوں ماں ماں ختم کر دے جدوں ونجیر چوں گئی جے ختم ہی ہو گئی راجا بیکانیر دا جڑا راجا سی نا اونے گلیا چار فوجی چار فوجی گلیا تے دو فوجی ساڈے کافلا جڑا گڈے آدھے پے ہے دو اگلی سائڈ تے آ جاندے ہے دو پچھلی تے بھاگ جاندے ہے اگلی سائڈ والے پچھا ٹر پے پچھلی ٹائر والے اگا ٹر پے او حفاظت کردے ہے اچھا اس نے زیرو لائن تے آ کے تے مطلب راجے دا حکم سے بھی خیر سلام تے مسلمان جا بنا انہاں نوں پچھے کوئی نہ تے مر جنا کہو نہیں آئے سپاہی سپوہی تے قافلے پاسے تو بڑے نے انہاں نوں بیچارے نوں بڑی لوٹ مار ہوئی او بڑے لوٹے جے جس بارڈر تے آئے ہاں اوتھے آ کے تے زیادہ بڑے آ اوتھے آ کے تے اوتھے گھٹ تو گھٹ تے 1200 بندہ کھڑا سی سکھاں دا 1200 سکھ کھڑا سی تے پول دے اوتے بجا اوتھ کے انہاں نے آئے نے فوجی تے فوجیاں لڑ کرے انہاں کہ جڑا کہ انہاں نے اپنا نام ایتھے بج کے گیا نا انہوں پھر ٹھوکا جایا وہ بج کے تے اندر کوٹھیاں چ بڑ گئے تو کوٹھیاں چ انہیں سارے ڈک دیتے تے مڑ ساڈے گڈے کی انہوں نے بارڈر کو لگنا پڑ جسے میں ڈاچی لے کے لگ گیا ادو میرے ہاتھ چ ڈاچی آئی ڈاچی لے کے میں لگ گیا نا تو کتنا ڈر لگتا اس ٹائم وہ پول تو جسے لگن لگا نا تو ڈاچی پیچھے چھکیا اچھا پیچھے چھک گیا تو فوجی کھڑا سی پٹھان اونے مگر بٹ ٹھوکا لاچی بجی تو میرے اتنے آ چڑی میں بج کے اگا ہو گیا اگو مڑ پاکستان بڑھ گیا مڑ بے فکرے ہو گئے جی پیو ری تے میرا چاچا تے ماما مامے ہوری مامے ابریم ہوری یہ اگو پیچھا بجے آن ساری پنڈے گڈے ٹورے سن کوئی گڈیا کوئی پیدل ساری برادری مسلمان مذہبی برا سن کٹھے ہو کے مطلب ٹورے سن ٹور کے راجے نے گلے سن چار سپاہی فوجی چار گلے بھی مسلمانوں کا لیڑی کا نقصان نہ ہو تو انہوں نے زیرو لائن پار کیا جائے راجیا جے کر اے مسلمانوں کا لڑی دا کار نقصان ہو گیا تو میں تینوں 32 نہیں بچکڑی ان مسلمان آ کے ریاست بیکانیر وسائی ہے بات کی ٹبے سارے جنگل ہے گئے سر مسلمان آئے تو یہاں نے آواز کی اج تیری ریاست بیکانیر سجیجن لگی تو جی اج وہ لٹیجن تو مریجن تو مطلب 32 نہیں بچکن موڑو سپاہی سات پنڈ مطلب اکٹھے ہو کے نمک لالی آ نا نمک لالی اچھا
اچھا تے پھر جڑا تسی اوتھے آئے او تو پنڈو ایتھے آئے تے پھر ایتھے آ تے جڑا گھر منچنا باد ایتھے پہلے تو بیٹھے سن ڈوڈی برادری انہاں دے کول آ کے بیٹھ گئے یا پجا آ تے بعد کیتی ہاں پھو بھی بیٹھی ہے یار ایتھے پھوپھی سی ساڈی نا چھوڑا دے گھر بیٹھے پھوپھی بیٹھی پھوپھی او جڑا کردے جے گل دوجے بابے یوسف دی مطلب ماں ماں اچھا ماں تے پھر او سواٹ تے جڑا تسی اپنے والد دے زبانی سن دو سن دی اونے دوڑے تے پیچھے جڑی زندگی گزاری کس طرح او رہیا ہے گا کس طرح دی دھن تلقین کردا سی کس طرح دی ڈوڈی تربیت کردا سی اکٹھے رہن دے بارے اکٹھے رہن دے بارے وسوارا اکٹھے رہو اپ دا کام کرو روزی کماؤ اللہ اللہ تے انہاں دی وفات کدوں ہوئی جی او تو کرے دیا تو بعد 10 12 سال بعد لوٹی تو بعد لوٹے تو 10-12 سال کیوں نہیں ہوتے لوٹے تو بعد 12-14 سال اس کا ہو گیا اچھا ادو کیں مطلب کدا اچھا دور ہوندا سی کدا اچھا وقت ہوندا سی نا دور ہوندا ودی نا کسے نال کوئی منافقت نا نا لڑائی نا جھگڑا نا دور کنے کنے لوکی ہے میں ایک چکو کا علاقہ جڑا ہے چکو کا موضع ہاں اوتھے بدمعاش ہے گیا ہے بکری گائیں چھڈ لے رات اور باقی کونے کوئی ادھر پیرا کا پنڈ ہے سیدلی پیر سید جلال کا ادلا پنڈ ہے فدائی شاہ پیر سید جلال کا تو وہ وچلے سر منشی آ گیا پیر سید جلال کا بڑا ہاتھ ہوں اتنے منشی والے مسلمان تو وہ مڑ جڑا ہے نا جب لوٹی پائی ہے تو پیر سید جلال نے ਇੰਨੇ ਦਾਣੇ ਵੰਡਿਆ ਹੈ ਨਾ ਮਾਜਰਾ ਲੋਕਾਂ ਨੇ ਕੋਠਿਆਂ ਦੇ ਕੋਠਿਆਂ ਦੇ ਕੋਠੇ ਵਿਹਲੇ ਉਹਨਾਂ ਦੇ ਨਾਂ ਤੇ ਪਿੰਡ ਹੈ ਸੈਦਲੀ ਸੈਦਲੀ ਉਹਨਾਂ ਦੇ ਨਾਂ ਤੇ ਮੁੜੋ ਜਿਸੇ ਦਾਣੇ ਮੁੱਕ ਗਏ ਨਾ ਮੁੜੋ ਹਰੂਨਾਬਾਦ ਤੋਂ ਬਸ਼ਕ ਲਾਲੇ ਕਾ ਉਹ ਹਰੂਨਾਬਾਦ ਆ ਬਸ਼ਕ ਲਾਲੇ ਕਾ ਉਹ ਪੁੱਛਿਆ ਵੀ ਦਾਣੇ ਉਹਨਾਂ ਕੇ ਬੜੇ ਭੈਣ ਉਹ ਤੂੰ ਬੁੱਲ ਲਏ ਸਾਥ ਉਹ ਬੁੱਲ ਲੈ ਕੇ ਤੇ ਲਿਆ ਕੇ ਤੇ ਮੁੜਾ ਬਾਪ ਨੂੰ ਵਰਤਾਇਆ ਸਾਥ ਇਹ ਤਾਂ ਸਾਰਾ ਤੋਂ ਵੱਡੀ ਨੇਕੀ ਹੈਗੀ ਹੈ ਬੜੀ ਨੇਕੀ ਕੀਤੀ ਯਾਰੀ ਗੱਲ ਵੀ ਸੱਯਦ ਨੇ ਬੜੇ ਜਦੋਂ ਤੁਸੀਂ ਨਵੇਂ ਨਵੇਂ ਆਏ ਸੋ ਨਾ ਕੋਈ ਸੌਣ ਨੂੰ ਜਗ੍ਹਾ ਨਾ ਕੋਈ ਖਾਣ ਨੂੰ ਸ਼ੈ ਨਾ ਕੁਝ ਵੀ ਬਸ ਆਵਾ ਕਿ ਕੋਈ ਪੱਟਾ ਲੈ ਪੈ ਜਾਵੇ ਉਹ ਨਹੀਂ ਖਾਦੇ ਅਸੀਂ ਮਜੀਆਂ ਪਿੱਛੇ ਹੌਲੀ ਹੌਲੀ ਵਰ ਜਾਂ ਤੇ ਹੌਲੀ ਹੌਲੀ ਕੰਮ ਸ਼ੁਰੂ ਹੋਇਆ ਹਿੰਦੂਆਂ ਦੇ ਕਿ ਇਹਨਾਂ ਦਾ ਬਾਹਰੇ ਖੜੇ ਹੋਏ ਸਨ ਉਹ ਮੁੜ 17 ਕਿੱਲੇ ਨਾਲ ਸਰਦਾਰੇ ਨੇ ਸਾਨੂੰ ਵਿਖਾਏ ਵੀ 18 ਕਿੱਲੇ ਬਾਜਰਾ ਹੈ ਤੇ ਇਹਦੀ ਰੱਖੀ ਕਰ ਲਓ ਤੇ ਪਕਾ ਲਓ ਤੇ ਇਹਨੂੰ ਕਿੱਦਾਂ ਵੱਢ ਲਿਆ ਜੀ ਅੱਛਾ ਉਹ ਅਸੀਂ ਉੱਥੇ ਕਿੱਦਾਂ ਆਪਣਾ ਉਹਦੀ ਰੱਖੀ ਕਰਨ ਲੱਗ ਪਏ ਨਾਲੇ ਬਾਲ ਬੁਲ ਕੁੱਕਰ ਪਾਣੀ ਤਾਂ ਲੱਭਦਾ ਚਾਹੀਦੀ ਆ ਬਾਲ ਸਿੱਟੇ ਰੋਡ ਮਾ ਰਾੜ ਕੇ ਛੱਪ ਜਾਇਆ ਕਰ ਮਿੱਠਾ ਪਾ ਕੇ ਵਿੱਚ ਕਿੱਦਾਂ ਆਪਣਾ ਖਾ ਖੂ ਜਾਇਆ ਕਰ ਫਿਰ ਕਰਦੇ ਕਰਾਂ ਤੇ ਉਹ ਬਾਜਰਾ ਵੀ 25-30 ਮਣ ਮੋੜ ਵੀ ਹੋ ਗਿਆ ਅੱਛਾ 3 ਕਿੱਲਾ 25-30 ਮਣ ਹੋ ਗਿਆ ਉਹ ਪਟਵਾਰੀ ਤੇ ਕਰਦਾ ਉਹਨੇ ਜਿਹੜਾ ਉਹ ਨਾ ਸਾਡੇ ਨਾਲ ਹੇਰਾ ਫੇਰੀ ਕੀਤੀ ਉਹਨੇ ਜਿਸ ਹੇਰਾ ਫੇਰੀ ਕੀਤੀ ਸੀ ਉਹ ਨਾ ਅਸੀਂ ਵੇਲੇ ਦੇ ਵੇਲੇ ਜੇ ਦਾਣੇ ਚਾ ਕੇ ਗਰੀਆ ਰੱਖ ਲੈ ਤੇ ਉਹਨਾਂ ਆਖਿਆ ਵੀ ਸਾਨੂੰ ਹਿੱਸਾ ਦਿਓ ਮੈਂ ਕੋਈ ਨਹੀਂ ਮਜ਼ਦੂਰੀ ਕਰਕੇ ਆਪਦੇ ਵਕਤ ਲਗਾ ਦੇ ਰਹੇ ਦਰਖਾਸਤ ਦੇ ਦਿੱਤੀ ਸੀ ਤੇ ਉਹਨੂੰ ਪੁਲਿਸ ਵਾਲੇ ਫੜ ਕੇ ਲੈ ਗਏ ਸਨ ਪੁਲਿਸ ਘੋੜਿਆਂ ਤੇ ਆਉਂਦੀ ਸੀ ਘੋੜਿਆਂ ਤੇ ਇਹ ਸਭ ਫੜ ਕੇ ਲੈ ਗਈ ਤੇ ਮੈਂ ਮਗਰ ਗਿਆ ਉਹਨੂੰ ਛੋਟਾ ਜਿਹਾ ਖਾਣਾ ਕਿਹੜੀ ਜਗ੍ਹਾ ਤੇ ਮਿੰਚਣ ਹੀ ਹੁੰਦਾ ਸੀ ਉਦੋਂ ਜਾਂ ਬਦਲ ਲੱਗਾ ਮਿੰਚਣ ਹੁੰਦਾ ਮਿੰਚਣ ਬਾਅਦ ਜੇ ਮਗਰ ਗਿਆ ਤਾਂ ਪਿਓ ਅੰਦਰੋਂ ਬਾਹਰ ਨਿਕਲਿਆ ਪੁਲਿਸ ਵਾਲਾ ਬਾਹਰ ਨਿਕਲਿਆ ਉਸ ਆਖਿਆ ਭਈਆ ਪਟਵਾਰੀ ਤੇ ਗਰਦਾਵਰ ਆਉਂਦੇ ਨੇ ਕੋਈ 4 ਆਨੇ ਦੇ ਦੇ ਤੇ ਤੇਰੀ ਜਾਨ ਅਸੀਂ ਛਡਵਾ ਦਿੰਦੇ ਹਾਂ ਤਹਿਸੀਲਦਾਰ ਕੋਲ ਉਹ ਲਾ ਪਿਆ ਕਿ ਇਹਨਾਂ ਦੇ ਤੇ ਮੈਂ ਬੂਹੇ ਖੜਾ ਸੀ ਅਤੇ ਉਹਨੇ ਗੱਲ ਮੈਨੂੰ ਸਮਝਾਈ ਸੀ ਵੀ ਜੇ ਮੈਂ ਬਾਹਰ ਨਿਕਲਾਂ ਨਾ ਤਾਂ ਫਿਰ ਤੂੰ ਭੱਜ ਕੇ ਤੇ ਆ ਜਾ ਅੱਛਾ ਹਾਂ
ਉਹ ਮੈਂ ਗਿਆ ਕਹਿੰਦਾ ਨਾ ਯਾਦ ਜਿਸੇ ਬਾਹਰ ਨਿਕਲਿਆ ਨਾ ਤੇ ਉਹ ਗੱਲਾਂ ਕਰਨ ਲੱਗ ਪਏ ਬਈ ਇਹੀ ਕਾਰਨ ਇਹੀ ਕਾਰਨ ਮੈਂ ਬਾਈਕੇ ਤੇ ਕਹਿੰਦਾ ਨਾ ਮੈਂ ਆਖਿਆ ਅੱਬਾ ਅੱਬਾ ਮੇਰੇ ਪਿਓ ਨੇ ਆਖਿਆ ਹਾਂ ਕੀ ਕਰ ਰਹੇ ਉਹ ਤੂੰ ਕਿਤੇ ਆ ਗਿਆ ਮੈਂ ਆਖਿਆ ਮੈਨੂੰ ਸ਼ਾਹ ਨੇ ਕਰਜਾ ਕਿਹੜੇ ਮਾਸਾ ਜਲਾਲ ਨੇ ਅੱਛਾ ਡਰਾਮਾ ਚਾੜਿਆ ਉਹਨਾਂ ਨੂੰ ਸੈਦਲੀ ਵਾਲੇ ਨੇ ਕਰਜਾ ਉਸ ਆਖਿਆ ਉਹਦੇ ਪਿਓ ਨੂੰ ਲਿਆ ਸੱਦ ਕੇ ਜਿੱਥੇ ਵੀ ਹੋਵੇ ਜੇ ਅਦਾਲਤ ਚ ਖੜਾ ਹੋਵੇ ਤਾਂ ਦੱਸਾਂ ਵੀ ਮੇਰੇ ਨਾਂ ਜਾ ਕੇ ਉਹ ਅਦਾਲਤ ਵਾਲੇ ਨੂੰ ਆਖਦੇ ਵੀ ਸਾਨੂੰ ਸੈਦ ਲਾਲ ਕੇ ਸੱਦਾ ਪਿਆ ਤੇ ਤੁਹਾਨੂੰ ਆਖੇ ਦਾ ਜਾਓ 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 ਉਹ ਮੈਂ ਜਿਸਦਾ ਉੱਥੇ ਇਹ ਗੱਲ ਕੀਤਾ ਉਸ ਭੱਜ ਕੇ ਅਤੇ ਉਹ ਤਹਿਸੀਲਦਾਰ ਨੇ ਸੱਦ ਮਾਰਿਆ ਉਸ ਕਹੂ ਰਹੋ ਉਹ ਭੱਜ ਕੇ ਅੰਦਰ ਵੜਿਆ ਉਸ ਕਿਹਾ ਖੁਦਾ ਦਾ ਨਾਂ ਦੇ ਮਗਰੋਂ ਲੈ ਜਾਓ ਤੁਸੀਂ ਪਟਵਾਰੀ ਤਾਂ ਕਰਦਾ ਵਾ ਨਿਕਲ ਜਾਓ ਕਹਿੰਦਾ ਨਾ ਹੁਣ ਤੁਸੀਂ ਬਿਸਤੀ ਕਰਾਉਣੀ ਜੇ ਹੋਰ ਕੁਝ ਵੀ ਉਸ ਆਖਿਆ ਮੁਹਾਜਰਾਂ ਨੂੰ ਆਰਡਰ ਹੋਇਆ ਲੁੱਟ ਕੇ ਖਾ ਜਾਣ ਨਾ ਉਸ ਆਖਿਆ ਇਹਨਾਂ ਨੂੰ ਮਾਫ਼ ਇਹ ਤਾਂ ਕਹਿੰਦਾ ਨਾ ਉਹ ਹਿੰਦੂਆਂ ਦੀ ਫਸਲ ਇਹਨਾਂ ਨੂੰ ਡੀਜੀ ਤੇ ਖਾਧੀ ਜਾਂਦੀ ਖਾਧੀ ਜਾਂਦੀ ਤੇ ਇਹ ਜਿਵੇਂ ਕਿ ਤੁਸੀਂ ਛੱਡ ਕੇ ਆਏ ਸੋ ਉੱਥੇ ਕੋਠਿਆਂ ਦੇ ਕੋਠੇ ਅਰਸ਼ ਤੇ ਪੈਸੇ ਪੈਸੇ ਤੇ ਸੋਨਾ ਤੇ ਅਰਸ਼ ਇਵੇਂ ਇੱਥੇ ਹਿੰਦੂਆਂ ਦੇ ਮਤਲਬ ਦੋਡੇ ਹੱਥ ਇਹਨਾਂ ਕੁੰਝ ਲਏ ਸਿਆਣੇ ਸਨ ਨਹੀਂ ਤੁਸੀਂ ਸ਼ਾਇਦ ਇਸ ਸ਼ਸ਼ੂ ਪੰਜ ਚ ਰਹਿਣੇ ਵੀ ਹੋਵੇ ਜਾਂ ਨਾ ਹੋਵੇ ਹਾਂ ਵੀ ਇਹ ਬੰਦਾ ਰਹਿੰਦਾ ਸ਼ਾਇਦ ਪਤਾ ਪਿੰਡ ਸਾਡਾ ਕਿਸੇ ਇੱਥੇ ਆ ਕੇ ਲਾਉਣਾ ਅੱਛਾ ਨਹੀਂ ਇੱਥੇ ਖਬਰਦਾਰ ਕੋਈ ਵੀ ਨਹੀਂ ਯਾਰ ਸਿਰ ਚ ਵੱਜੀ ਇੱਕੋ ਵਾਰੀ ਬੜੇ ਪਹਿਲਾਂ ਯਾਰ ਬਣਾ ਛੱਡਣੇ ਪਏ ਤੇ ਇਹ ਜਿਹੜੇ ਗੱਲਾਂ ਸੁਣਨੇ ਆ ਵੀ ਸੋਨੇ ਦੀ ਇੱਟ ਫਲਾਣੇ ਦੀ ਨਿਕਲ ਨੁਕਲੇ ਆਈ ਜਾਂ ਕੋਈ ਬੜੇ ਗਾਡਰ ਗੂਡਰ ਨਿਕਲੇ ਹੈਗੇ ਨੇ ਕੋਈ ਲੋਹੇ ਦੇ ਬੜੇ ਤਗੜੇ ਜਾਂ ਕੋਈ ਲੱਕੜ ਦੇ ਜਿਹੜੇ ਹੁੰਦੇ ਨੇ ਉੱਚੀ ਹਾਲਾਂਕਿ ਸੌ ਸੌ ਸਾਲ ਤਾਂ ਹੋ ਗਿਆ ਤੇ ਉਹ ਹਾਲੀ ਲੋਕਾਂ ਦੇ ਕਈ ਘਰਾਂ ਦੇ ਛੱਤਿਆਂ ਤੇ ਪੁਰਾਣੀਆਂ ਇਮਾਰਤਾਂ ਤੇ ਖੜੀਆਂ ਹੈਗੀਆਂ ਨੇ ਤੇ ਉਹ ਛੱਤਾਂ ਤਾਂ ਖੈਰ ਉਹ ਇੰਡੀਆ ਦੇ ਜਿਹੜੇ ਪਾਈਆਂ ਹੋਈਆਂ ਸਨ ਛੱਤਾਂ ਬੜੀਆਂ ਕਾਮਯਾਬ ਸਨ ਪਰ ਲੋ ਹਿੰਦੂ ਅੰਗਰੇਜ਼ ਦੌਰ ਜਿਹੜਾ ਹੈਗਾ ਸੀ ਉਹਦੇ ਚ ਕੰਮ ਜਿਹੜਾ ਕਰਦੇ ਸੀ ਛੱਤਾਂ ਪੱਟਾਂ ਪਿਆਰ ਹੁੰਦੀ ਸੀ ਬਿਆਰ ਸੀ ਆ ਪਿਆਰ ਸੀ ਬਿਆਰ ਦੀ ਛੱਤਾਂ ਜ਼ਿਆਦਾ ਹੁੰਦੀਆਂ ਸਨ ਤੁਹਾਨੂੰ ਸਿਵੀ ਸੁਵੀ ਕੋਈ ਨਹੀਂ ਲੱਗਦੀ ਉਹਨੂੰ ਸਿਵੀ ਘੱਟ ਲੱਗਦੀ ਅੱਛਾ ਉਹ ਚੀਰ ਬਿਆਰ ਦੁਬਾਰਾ ਦੂਜੇ ਬਾਲੇ ਬੁਲੇ ਕਮਜ਼ੋਰ ਹੋਏ ਨੇ ਉਹ ਫਟ ਕੇ ਦੁਬਾਰਾ ਛੱਤ ਪਾਏ ਨੇ ਛਤੀਰੀਆਂ ਉਵੇਂ ਐਡੀ ਐਡੀ ਮੋਟੀਆਂ ਨੇ ਉਵੇਂ ਖੜੀਆਂ ਮਸਜਿਦ ਦੇ ਉਸ ਦੌਰ ਦੇ ਬਾਰੇ ਕੋਈ ਗੱਲ ਕੋਈ ਹੋਰ ਐਸੀ ਬਾਤ ਜਿਹੜੀ ਹੈਗੀ ਨਾ ਤੁਸੀਂ ਇਹਨਾਂ ਨੂੰ ਦੱਸਣਾ ਚਾਹੋ ਸਾਰਿਆਂ ਨੂੰ ਉਸ ਪੁਰਾਣੇ ਦੌਰ ਦੀ ਗੱਲ ਜਾਂ ਫਿਰ ਇੱਥੇ ਜਦੋਂ ਤੁਹਾਡਾ ਦੌਰ ਹੈਗਾ ਸੀ ਤੁਹਾਡੀ ਜਵਾਨੀ ਜਾਂ ਤੁਹਾਡਾ ਬਚਪਨ ਉਦੋਂ ਦੀ ਗੱਲ ਕਿਸ ਤਰ੍ਹਾਂ ਦਾ ਹੁਣ ਦੀ ਬੇਹਯਾਈ ਤੇ ਗੰਦੇ ਉਦੋਂ ਅੱਲਾ ਭਰਾ ਤੇ ਵੇ ਜੀ ਬੇਹਯਾਈ ਹੈਗੀ ਕੋਈ ਆਈ ਤੇ ਲੋਕ ਕਿੰਨੇ ਦੀਦ ਵਾਲੇ ਸਨ ਦੀਦ ਵਾਲੇ ਬਾਬਾ ਦੀਦ ਉੱਥੇ ਨਸਾਂ ਦੇ ਵਿੱਚ ਜਵਾਨਾ ਛੋਰ ਜਾਂ ਤੇ ਵਿੱਚ ਛੋਰ ਜਵਾਨ ਛੋਰ ਵਿੱਚ ਖੇਡਦੇ ਪਰਵਾਹ ਕੋਈ ਨਹੀਂ ਹੈ ਗੱਲ ਵਿੱਚ ਛੋਰੀਆਂ ਹੋ ਜਾਣੀਆਂ ਦੇ ਵਿੱਚ ਛੋਰ ਖੇਡਦੇ ਇਤਫਾਕ ਕਿੰਨਾ ਹੁੰਦਾ ਸੀ ਇੰਨੇ ਇੰਨੇ ਲੋਕ ਜਿਹੜੇ ਹੈਗੇ ਨੇ ਛੇ ਛੇ ਸੱਤ ਸੱਤ ਭਰਾ ਹੁਣ ਤਾਂ ਇੱਕਾ ਦੁੱਕਾ ਕਿਤੇ ਨਜ਼ਰ ਆ ਸਨ ਵੀ ਛੇ ਸੱਤ ਭਰਾ ਜਾਂ ਪੰਜ ਭਰਾ ਇਕੱਠੇ ਹੈਗੇ ਨੇ ਬੜੇ ਬੜੇ ਇਤਫਾਕ ਆਏ ਹੁਣ ਤਾਂ ਇੱਕੋ ਇੱਕ ਪੁੱਤਰ ਉਸੀ ਤੋਂ ਵੀ ਵੱਖਰਾ ਹੋਇਆ ਫਿਰਦਾ ਹੁੰਦਾ ਤੇ ਇਤਫਾਕ ਕਿੰਨਾ ਹੈਗਾ ਸੀ ਰਲ ਇਕੱਠੇ ਖਾਣਾ ਪੀਣਾ ਫਿਰ ਜਿਹੜਾ ਹੈਗਾ ਤੁਸੀਂ ਗੱਲ ਕਰਦੇ ਜੇ ਵੀ ਜਿੱਥੇ ਜਿੱਥੇ ਜਿਹੜੇ ਘਰੇ ਜਿੱਥੇ ਨਿੰਦਰ ਆਣੀ ਉੱਥੇ ਸੌਂ ਜਾਣਾ ਖੇਡਣਾ ਫਿਰਨਾ ਕੋਈ ਗੱਲ ਹਿੰਦੁਸਤਾਨ ਕਿੰਨੀ ਉਮਰ ਸੀ ਸੱਤ ਸਾਲ ਪੰਜ ਸਾਲ ਦਸ ਸਾਲ
ਉਦੋਂ ਪਿੱਛੇ ਸਾਲ ਪਿੱਛੇ ਰੋਡ ਦੋ ਅੱਛਾ ਅੱਛਾ ਮਤਲਬ 11 12 ਸਾਲ ਹੀ ਮੇਰੇ ਸੀ ਹਾਂ ਅੱਛਾ ਸਾਲ ਦੇ ਪਿੱਛੇ ਵੀ ਉਹ ਆਪਣਾ ਤਾਂ ਆਪਨੇ ਲੈਂਦਾ ਸੀ ਤੇ ਉਹ ਡਾਕਟਰ ਹੈਗਾ ਸੀ ਹਾਂ ਅੱਗੇ ਉਹ ਡਾਕਟਰ ਕੋਲ ਗਿਆ ਤੇ ਉਹ ਸਜੇ ਨਬਜ਼ ਵੇਖੀ ਉਹ ਹਿੰਦੂ ਡਾਕਟਰ ਸੀ ਹਿੰਦੂ ਸੀ ਅੱਛਾ ਹਿੰਦੂ ਸੀ ਉਹਨੇ ਨਬਜ਼ ਵੇਖ ਕੇ ਤੇ ਪਿਓ ਮੇਰੇ ਨੂੰ ਆਦਾ ਕੇ ਇਹਨੂੰ ਬੁਖਾਰ ਕਿਹਦੇ ਨਾਲ ਬਦਲੇ ਖੜਾ ਤੇ ਜਿਵੇਂ ਆਪਾਂ ਨੇ ਮੋਰ ਕਾ ਚੜ ਗਿਆ ਹੈਗਾ ਬਦਲੇ ਖੜਾ ਦੇਖੇ ਕਿਹਦੇ ਨਾਲ ਆਪਣਾ ਇਹਨੂੰ ਦਵਾਈ ਮੈਂ ਦੇਣਾ ਉਹ ਜਾ ਦੇ ਫਿਰ ਦਵਾਈ ਪਿਆ ਦੇ ਜੀ ਤੇ ਸਹੀ ਹੋ ਜਾ ਤੇ ਜੇ ਨਾ ਕੋਈ ਥੋੜ੍ਹਾ ਬਹੁਤਾ ਕੋਈ ਡੋਕਰ ਚ ਰਹਿ ਜਾਵੇ ਤਾਂ ਮੋੜ ਆ ਜਾਵੇ ਮੋੜ ਆ ਜਾਵੇ ਉਹ ਦੁਆ ਦਾ ਕਿ ਵਾਕਫ ਆ ਪਿਓ ਰਦਾ ਤਲਕ ਉਹ ਮੈਨੂੰ ਆਖਣ ਲੱਗਾ ਆਖੇ ਇੱਦਾਂ ਆਖੇ ਆ ਦਵਾਈ ਲੈ ਲੈ ਆਖੇ ਕੌੜੀ ਦਵਾਈ ਪੀ ਲੈ ਤੇ ਬੁਖਾਰ ਨੇ ਮੈਂ ਆਖੇ ਬੁਖਾਰ ਨੇ ਚੜੇ ਔਰ ਕੌੜੀ ਦਵਾਈ ਦਾ ਅੱਛਾ ਉਸ ਕਾਪੇ 'ਚ ਪਾ ਕੇ ਖੱਟੇ ਜਿਹੇ ਪਾਣੀ ਮੈਨੂੰ ਦੇ ਦਿੱਤਾ ਕਾਪੇ ਉਹ ਮੈਂ ਖੱਟੇ ਜਿਹੇ ਪਾਣੀ ਮੈਂ ਕਾਪਾ ਵਾਲੀ ਫਸਿਆ ਅਤੇ ਉਹ ਲਾਇਆ ਜੇ ਇੱਕ ਵਾਰ ਹੀ ਸਾਰਾ ਪੀ ਗਿਆ ਡਾਕਟਰ ਕਮਾਲ ਘਰ ਛੱਡੀ ਫਿਰ ਕਾਪੋ ਖੇ ਕੇ ਉਹਨਾਂ ਨੇ ਕੌੜਾ ਪਾਣੀ ਪੀ ਗਿਆ ਦਵਾਈ ਘਰ ਨਾਲ ਉਸ ਕੋਲੇ ਸ਼ੀਸ਼ੀ ਜਿਹੀ ਦਹੀਂ ਖੜ੍ਹਦੀ ਸੀ ਚਮਚੀ ਉਸ ਘਰ ਨਾਲ ਮੈਨੂੰ ਉਹਦਾ ਮੂੰਹ ਪੱਟ ਮੂੰਹ ਪੱਟ ਮੈਂ ਮੂੰਹ ਪੱਟਿਆ ਜੇ ਚਮਚੀ ਮਾਰ ਕੇ ਅਤੇ ਉਹ ਸ਼ਰਬਤ ਦੀ ਗੂੰਜ ਕੱਢੀ ਉਹਦੇ ਨਾਲ ਗੂੰਜ ਕੱਢਾ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਗੱਲ ਕਰਦੇ ਜੀ ਕਿਤਾਬ ਨਹੀਂ ਚੜ੍ਹਿਆ ਮੈਨੂੰ ਬੁਖਾਰ ਨਹੀਂ ਚੜ੍ਹਿਆ ਮੈਂ ਆਪਣੇ ਤਾਂ ਇੱਥੇ ਆਉਂਦਾ ਅੱਛਾ 70 ਸਾਲ ਹੋ ਗਏ ਨੇ ਮਤਲਬ 11 12 ਸਾਲ ਦੀ ਉਮਰ ਵਿੱਚ ਤੁਸੀਂ ਦਵਾਈ ਲਈ ਅਤੇ ਅੱਜ ਜਿਹੜਾ ਹੈਗਾ ਨਾ ਤੁਹਾਨੂੰ 70 ਸਾਲ ਹੋ ਗਏ ਨੇ ਦਵਾਈ ਲਈ ਨੂੰ ਅਤੇ ਹਾਲੇ ਤੱਕ ਨਹੀਂ ਚੜ੍ਹਿਆ ਹੈਗਾ ਬੜੀ ਦਵਾਈ ਸੀ ਉਹ ਜੜੀ ਬੂਟੀਆਂ ਜੜੀ ਬੂਟੀਆਂ ਜਾਂ ਉਹਨੇ ਜੜੀ ਬੂਟੀਆਂ ਹੀ ਹੋਣੀਆਂ ਸਾਰੀ ਗੱਲ ਅੰਗਰੇਜ਼ੀ ਦਵਾਈ ਤਾਂ ਹੁੰਦੀ ਨਹੀਂ ਸੀ ਤੇ ਹੁਣ ਦੀਆਂ ਵੇਖ ਲਓ ਅੰਗਰੇਜ਼ੀ ਦਵਾਈਆਂ ਹੈਗੀਆਂ ਨੇ ਲਵ ਦਵਾਈ ਹਕਮਤ ਹੁੰਦੀ ਹੈ ਅੱਛਾ ਉਹ ਵਾਮਾ ਵਾਮਾ ਅਹਿਮਦ ਅੱਲਾ ਬਚ ਕੇ ਬਿਮਾਰ ਹੋਵੇ ਅਤੇ ਉਹ ਬੜਾ ਬਿਮਾਰ ਹੈ ਅਤੇ ਡਾਕਟਰਾਂ ਤੋਂ ਬਜਾ ਬਜੋ ਕੇ ਉੱਥੇ ਆ ਚੂੜੀ ਨਹੀਂ ਚੂੜੀ ਉਹ ਚੂੜੀ ਉਹ ਹਕੀਮ ਰਹਿੰਦਾ ਇੰਡੀਆ ਦਾ ਉੱਥੋਂ ਉੱਠ ਕੇ ਆਇਆ ਚੂੜੀ ਕਿਹੜੀ ਜਗ੍ਹਾ ਤੇ ਆ ਇੱਥੇ ਆ ਇੱਥੇ ਚੂੜੀ ਹੁਜਰੇ ਤੋਂ ਅੱਗੇ ਅੱਛਾ ਹੁਜਰੇ ਤੋਂ ਹੁਜਰੇ ਹੁਜਰੇ ਪਿੰਡ ਤੋਂ ਅੱਗੇ ਕਿਧਰੇ ਚੂਣੀ ਵਾਲੀ ਸਾਈਡ ਤੇ ਜਾਂ ਆ ਇੱਥੇ ਚੂੜੀ ਵਾਲੀ ਸਾਈਡ ਚੂਣੀਆਂ ਚੂਣੀ ਚੂਣੀਆਂ ਤਾਂ ਨਹੀਂ ਆਉਂਦੇ ਸਨ ਹਾਂ ਚੂਣੀਆਂ ਬਿਲਕੁਲ ਬਿਲਕੁਲ ਹੁਜਰੇ ਦੇ ਨਾਲ ਹੀ ਬਿਲਕੁਲ ਜਿੱਥੇ ਛਾਂਗਾ ਮੰਗਿਆ ਬਿਲਕੁਲ ਬਿਲਕੁਲ ਆ ਕੇ ਸਭ ਚੂਣੀ ਅੱਛਾ ਹਾਂ ਉਹ ਉੱਥੇ ਅਕੇ ਰਹਿੰਦਾ ਇੰਡੀਆ ਚ ਉੱਠ ਗਿਆ ਤੇ ਇਹਦਾ ਦੋ ਚ ਬੇਲੀ ਸੱਜਣ ਹੈਗਾ ਹਾਂ ਉਹ ਆ ਗਿਆ ਵਾਣਾ ਚ ਹਾਂ ਉਹ ਜਿਹੜਾ ਆਇਆ ਚ ਗੁਜੜਾ ਹੈ ਉਹ ਮਾਮਾ ਉਹ ਮਦ ਰਾਮਤ ਬਿਮਾਰ ਆ ਗਿਆ ਉਹ ਤਲਕ ਹੈਗੇ ਆਏ ਤੇ ਮਾਮੇ ਰਾਂਦੇ ਸਾਰੇ ਉਹ ਆ ਕੇ ਤੇ ਖੈਰ ਬਖੈਰ ਕਰਕੇ ਤੇ ਬੈਠਾ ਤੇ ਵੇਖਿਆ ਤੇ ਵੇਖ ਕੇ ਤੇ ਉਹਨਾਂ ਆਖਿਆ ਵੀ ਆਹ ਤਾਪ ਧੂਪ ਕੇ ਕਿੰਨੀ ਮਹਾਰਾਜ ਜੀ ਤੋਂ ਵੀ ਆ ਵੇਲਾ ਬਿਮਾਰ ਹੋਇਆ ਪਿਆ ਹਾਂ ਉਹਦੇ ਅਗਰ ਬਾਜਰੀ ਦੀ ਰੋਟੀ ਪਕਾਓ ਅੱਛਾ ਬਾਜਰੀ ਦੀ ਰੋਟੀ ਪਕਵਾਈ ਉਹਨੇ ਹਾਂ ਅਖੇ ਨੂੰ ਖਵਾਓ ਉਹ ਬਾਜਰੀ ਦੀ ਰੋਟੀ ਉਹਨੂੰ ਦਵਾਈ ਤੋਂ ਕੋਈ ਕੋਰਾ ਦਿੱਤੇ ਤੇ ਬਾਜਰੀ ਦੀ ਰੋਟੀ ਖਵਾਈ ਬਾਬੇ ਅਹਿਮਦ ਨੂੰ ਅੱਛਾ ਤੇ ਬਾਬਾ ਅਹਿਮਦ ਘੰਟੇ ਦੇਰ ਬਾਅਦ ਉੱਠ ਕੇ ਬਹਿ ਗਿਆ ਐਸਾ ਕੀ ਵਾਹ ਬੜੀ ਗੱਲ ਹੈ ਬੜੀ ਗੱਲ ਹੈ ਹੁਣ ਉਹ ਕੀ ਮਾਟ ਉੱਠ ਗਿਆ ਹੋਣਾ ਪਿਛਾ ਕਿੱਥੇ ਪਤਾ ਨਹੀਂ ਇਹ ਮੁਸਲਮਾਨ ਆ ਕੇ ਹੋ ਇੰਡੀਆ ਚ ਉਹ ਰਾਤ ਆਇਆ ਇੰਡੀਆ ਚ ਮਾਰ ਕੇ ਉਹਨੇ ਵਿਚਾਰੇ ਕਦੇ ਅੱਛਾ 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 ਨਹੀਂ ਜੇ ਉਹਦਾ ਕੋਈ ਪਤਾ ਸੋਰ ਲੱਗੇ ਤੇ ਕਿਸੇ ਗਰੀਬ ਦਾ ਫਾਇਦਾ ਹੋ ਜਾਵੇ ਉਹ ਕਿੱਥੇ ਪਤਾ ਨਹੀਂ ਉਹ ਨਹੀਂ ਉਹ ਟੁਰ ਗਿਆ 50 70 ਸਾਲ ਪੁਰਾਣੀ ਗੱਲ ਅੱਛਾ ਹੋਰ ਕੋਈ ਐਸੀ ਗੱਲ ਹੋਰ ਪੁਰਾਣੇ ਦੌਰ ਦੇ ਬਾਰੇ ਪੁਰਾਣੇ ਦੌਰ ਦੀਆਂ ਸਾਰੀਆਂ ਗੱਲਾਂ ਨੇ ਪਹਿਲੇ ਬੰਦੇ ਵੀ ਬੜੇ ਹੁੰਦੇ ਸਨ ਸਿੱਧੇ ਬੰਦੇ ਉਦੋਂ ਜਿੱਦੇ ਗੜੇ ਹੁੰਦੇ ਆ ਕੋਈ ਵੇਖ ਕੇ ਅੱਧਾ ਸ਼ੈਤਾਨ ਹੁੰਦਾ ਜਿਹੜਾ ਸ਼ੈਤਾਨ ਹੁੰਦਾ ਉਹ ਲੁੱਟ ਜਾਂਦਾ ਆ ਉਹਨਾਂ ਦਾਦੂ ਮਾਰ ਜਾਣਾ ਦਾਦੂ ਲਾ ਲੈਣਾ ਜ਼ਮੀਨ ਲਾ ਲੈਣੀ ਜਾਂ ਕੋਈ ਸੋਨਾ ਸ਼ੋਨਾ ਜਾਂ ਕੋਈ ਜੀ ਕੋਈ ਸ਼ਾਇਦ ਰਹੀ ਹੈ ਸਾਡੇ ਧਰ ਵਾਲਿਆਂ ਦੇ ਵਿੱਚ ਕਹਿੰਦਾ ਪੇੜ ਗਾਂ ਅੱਛਾ ਕਣਕਾਂ ਦਾ ਕਿਵੇਂ ਹਿਸਾਬ ਹੁੰਦਾ ਸੀ ਉਸ ਦਾ ਰਚੇ ਦੱਸੋ ਵੀ ਕਣਕਾਂ ਗਾਂ ਦੇ ਕਿਵੇਂ ਸਮਝੀ ਤੇ ਆਉਣ ਤਾਂ ਵੱਡੀ ਦਰਾਜ ਸੱਟੀ ਜਾਂ ਡਰੈ ਗਾਰਮੈਂਟ ਸਰਪਾਈ ਦੇ ਕਰ ਉਹ ਡੱਗਿਆ ਨਾ ਗਾਂ ਦੇ ਆ ਡੱਗਿਆ ਨਾ ਗਾਂ ਦੇ ਆ ਤੇ ਪੜੇ ਮਾਰੋ
ਪਿੰਡ ਬੜੇ ਸਨ ਪੱਕੇ ਫਰਸ਼ ਪੱਕੇ ਫਰਸ਼ ਅੱਛਾ ਪਿੰਡ ਦੇ ਨਾਲ ਰੇਤੇ ਬੰਦੇ ਤੇ ਚਾਹ ਚਾਹ ਕਿਤੇ ਕੰਧ ਜਿੱਡੇ ਉੱਚੇ ਉੱਚੇ ਟਿੱਬੇ ਬਾਹਰ ਜੋੜੇ ਸਨ ਤੇ ਆ ਸਨ ਪੱਕਾ ਤੇ ਪੱਕੇ ਕਈ ਮਾਰਿਆ ਸਰਨੀ ਕਰਦੀ ਹੈ ਕਈ ਅੱਛਾ ਬਾਹਰੋਂ ਕਣਕ ਦੇ ਗੱਡੇ ਭਰਨੇ ਦੇ ਸਾਰੀ ਦਿਹਾੜੀ ਕਹਿੰਦੇ ਨੇ ਆਪਣਾ ਕਣਕ ਟੋਵਣੀ ਤੇ ਰਾਤ ਨੂੰ ਪਿੜ ਨਹਾਉਂਦਾ ਰਹਿ ਰਾਤੀ ਤੇ ਅੱਛਾ ਉਹ ਜਿਹੜਾ ਪੁਰਾਣੇ ਦੌਰ ਦੇ ਬਾਰੇ ਵੀ ਇਹ ਵੀ ਗੱਲ ਕਰਦੇ ਨੇ ਵੀ ਲੋਕੀ ਬੜੇ ਬਲਵਾਨ ਹੁੰਦੇ ਸਨ ਬੜੇ ਤਗੜੇ ਹੁੰਦੇ ਸਨ ਬੜੀਆਂ ਖੁਰਾਕਾਂ ਹੁੰਦੀਆਂ ਸਨ ਕਿੰਦੀ ਗੱਲ ਕਰਦੇ ਨੇ ਬਾਬੇ ਯੂਸਫ ਦੀ ਗੱਲ ਕਰਦੇ ਨੇ ਕਿ ਉਹਨੇ ਜਿਹੜਾ ਹੈਗਾ ਕਿੱਲਾ ਕਣਕ ਦਾ ਵਾੜ ਦਿੱਤਾ ਬੱਲੇ ਸਾਰੇ ਗਿਆ ਤੇ ਗਿਓ ਗਿਓ ਪੀਣਾ ਸ਼ਰਤ ਰੱਖੀਆਂ ਨੇ ਉਜਰਾ ਸ਼ਾਮ ਕੀ ਜਿਹੜਾ ਹੈਗਾ ਹਾਜੀ ਜਗੀਰ ਕਾ ਇਧਰਲੇ ਪਾਸੇ ਹੈਗਾ ਸੀ ਕਿੱਲਾ ਕਣਕ ਦਾ ਹਾਂਜੀ ਹਾਜੀ ਜਗੀਰ ਕਾ ਤੇ ਉਹ ਮਾਮਲਾ ਜੋ ਸਭ ਵੱਡਿਆ ਸੀ ਇੱਥੇ ਆ ਕੇ ਅੱਛਾ ਉੱਥੇ ਇੰਡੀਆ ਚ ਵੀ ਕਿੱਲਾ ਕਣਕ ਦਾ ਵੱਡਿਆ ਸਾ ਇਹ ਕਿੰਨੇ ਚਿਹਰ ਚ ਵੱਡਿਆ ਆਸੂ ਵੀ ਸੁਬਹ ਲੱਗਿਆ ਹੈਗਾ ਸੀ ਸਵੇਰੇ ਲੱਗਿਆ ਤੇ ਬੀਗਰ ਵਾਲੇ ਕਣਕ ਦਾ ਕਿੱਲਾ ਵਾੜ ਕੇ ਕੱਲਾ ਜਾਣਾ ਕੱਲਾ ਜਾਣਾ ਮਤਲਬ ਬੜਾ ਜਵਾਨ ਆ ਬੱਕਰਾ ਸਾਲਮ ਖਾਤਾ ਸਾ ਅੱਛਾ ਸਾਲਮ ਬੱਕਰਾ ਸਾਲਮ ਕਿੱਲੇ ਦੇ ਨਾਲ ਟੱਗਿਆ ਹੋਇਆ ਸਿਆਲ ਚ ਉਹ ਤੋਂ ਬੱਕੋ ਸਲਾਹ ਲੈਣਾ ਸ਼ਾਮ ਨੂੰ ਪਕਾ ਲੈਣਾ ਭੁੰਨ ਕੇ ਦੇਸੀ ਘਿਓ ਚ ਖਾਣ ਲੱਗ ਜਾਣਾ ਇਹ ਆ ਜਿਹੜੀ ਸਾਡੀ ਨਾਨੀ ਮਾਸੀ ਆਈ ਦੀ ਮਾਮੇ ਦੇ ਬੇਗਮ ਸੱਸ ਵੀ ਲੱਗੀ ਇਹ ਵੱਡੀ ਆਈ ਤੇ ਮਾਮਾ ਛੋਟਾ ਆਦਾ ਉਹਦੇ ਬਾਬੇ ਸੌਦਾਗਰ ਦੇ ਮੁੰਡੇ ਨੂੰ ਖੁਰਾਕ ਦਿੱਤੀ ਹੈ ਬੱਕਰਾ ਸਾਲਮ ਬੱਕਰਾ ਤੇ ਦੇਸੀ ਗਿਓ ਤੇ ਗਿਓ ਦੀਆਂ ਰੋਲ ਹੁੰਦੇ ਆਏ ਉਹ ਖਾਧੇ ਉਸ ਤੋਂ ਬਾਅਦ ਦਿਹਾਂ 'ਚ ਨਿਕਲਦਾ ਗਿਆ ਕੌਡੀ ਖੇਡਦੇ ਹੁੰਦੇ ਆ ਤੇ ਸੱਤ ਸੱਤ ਜਿਹੜੇ ਇਕੱਠੇ ਪਾਉਂਦੇ ਆ ਮਗਰੋਂ ਇਹ ਡਿੱਗਦੇ ਆ ਜਿਵੇਂ ਕੁੱਤੀ ਦੇ ਗਲੂਰੇ ਨੀ ਥੱਲੇ ਦੁੱਧ ਚੁੱਕਣ ਲੱਗਿਆ ਤੇ ਕੁੱਤੀ ਬੱਜੇ ਤੇ ਉਹ ਡਿੱਗਦੇ ਇਹੀ ਡਿੱਗਦੇ ਹੁੰਦੇ ਆ ਜਿਹੜੇ ਪੜਦੇ ਆਏ ਬੜੀ ਤਾਕਤ ਹੁੰਦੀ ਹੈ ਬੜੀ ਗੱਡੇ ਦੀ ਪਿਜੜੀ ਦੇ ਉੱਤੇ ਚਾਰ ਬੰਦੇ ਠਲ ਕੇ ਤੇ ਪਿਜੜੀ 'ਤੇ ਹੀ ਹੱਥ ਦੇ ਕੇ ਤੇ ਮਗਰੋਂ ਗੱਡੇ ਨੂੰ ਵਧੀਆ ਫੇਰਦੇ ਹਨ ਇੰਨੀ ਤਾਕਤ ਹੁੰਦੀ ਹੈ ਜ਼ਹਿਰੀ ਗੱਲ ਹੈ ਖੁਰਾਕ ਹੀ ਕੱਢਦੀ ਹੈ ਉਹ ਖੁਰਾਕ ਜਿਵੇਂ ਜਟਕੀ ਮਿਸਾਲ ਆਉਂਦੇ ਨੇ ਲੱਕੜ ਤਾਂ ਸੱਟਦੀ ਉਹ ਹਰੀ ਹੋ ਜਾਂਦੀ ਹੈ ਅਤੇ ਅਗਲੀ ਖੁਰਾਕ ਵੀ ਤਗੜੀ ਸੀ ਹੁਣ ਦੀਆਂ ਖੁਰਾਕਾਂ ਖਾਧਾ ਵਾਲੀਆਂ ਹੈਗੀਆਂ ਨਹੀਂ ਦੋ ਬੰਦੇ ਤਾਂ ਮੈਂ ਵੀ ਠਾਲ ਕੇ ਤਾਂ ਪਈਆ ਗੇੜਿਆ ਹੋਇਆ ਇੰਡੀਆ ਦੇ ਵਿੱਚ ਸਾਡਾ ਇੰਡੀਆ 'ਚ ਨਹੀਂ ਆਓ ਰਾਮਪੁਰਾ ਜਿਹੜਾ ਜਿੱਥੇ ਮਤਲਬ ਰੁਨਾਬਾਦ ਰੋਡ ਤੇ ਬਾਬਲ ਨਗਰ ਤੋਂ ਪਰਾ ਜਿੱਥੇ ਰਾਮਪੁਰਾ ਮਲਕਪੁਰਾ ਆਉਂਦੇ ਨੇ ਮਲਕਪੁਰਾ ਦਾ ਪਰਾ ਰਾਮਪੁਰਾ ਅੱਛਾ ਅੱਛਾ ਤੇ ਉੱਥੇ ਵਿਆਹ ਤੇ ਗਏ ਹੋਇਆ ਤੇ ਸਾਰੇ ਜਿਹੜੇ ਵਿੱਚੋਂ ਬਾਬਾ ਵੀ ਅੱਲਾ ਬਸ਼ਕੇ ਹੈਗਾ ਸੀ ਤੇ ਉਹ ਜਿਹੜਾ ਹੈ ਨਾ ਬੰਦਿਆ ਕਿਆ ਯੂਸਫ ਹੋਣ ਕੇ ਬੰਦਾ ਚਾਹ ਗੱਡੇ ਚਾਹ ਉਹ ਕਿਹਾ ਵੀ ਹੋਰ ਵੇਲਾ ਨਹੀਂ ਉਹ ਹੋਰ ਤਾਂ ਮੈਂ ਹੁਣ ਵੇਖ ਲਓ ਕੀ ਹਾਲ ਹੋਇਆ ਤਾਂ ਉਹ ਮੁੜ ਇੱਥੇ ਪਿੰਜਣੀ ਤੂੰ ਪੈਰ ਰੱਖ ਕੇ ਨਾ ਤੈਜ ਕਰਕੇ ਮੈਂ ਦੋ ਇੱਕ ਬੰਦਾ ਇੱਥੇ ਖੋ ਕੇ ਕਹਿੰਦੇ ਅਸੀਂ ਚਾਇਆ ਸੀ ਅਤੇ ਉਹ ਥਲ ਪਹੀਆ ਗਿਰ ਦਿੱਤਾ ਇਹ ਬਾਬਾ ਯੂਸਫ ਤਾਂ ਮਗਰੋਂ ਜਿਹੜੀ ਮਗਰਲਾ ਹਿੱਸਾ ਹੈ ਉਹਦੇ ਉਹਦੇ ਵਿਚਲੇ ਸਾਨੂੰ ਪਹੀਆ ਅਸੀਂ ਉੱਥਾ ਚਾਹਦਾ ਹੁੰਦਾ ਤਾਂ ਦੋਵੇਂ ਪਹੀਏ ਗੇੜਦਾ ਹੁੰਦਾ ਇੰਨੀ ਤਾਕਤ ਹੁੰਦੀ ਹੈ ਤੇ ਅਗਲਾ ਜਿਹੜਾ ਹੈ ਨਾ ਦੁੱਧ ਘਿਓ ਦੀ ਇਹ ਗੱਲ ਕਰਦੇ ਨੇ ਵੀ ਬਾਂਡੇ 'ਚ ਦੁੱਧ ਚੋ ਲਿਆ ਧੰਨੇਵਾ ਓਏ ਇੰਨੇ ਦੁੱਧ ਤੇ ਘਿਓ ਕੋਈ ਅੱਲਾ ਬਣਾ ਦੇ ਨੱਕ ਮਾਰਨਾ ਮੈਂ ਤੂੰ ਨਹੀਂ ਖਵੇਂਦਾ ਅੱਲਾ ਬਸ ਕਿਆ ਬਾਰੇ ਕਿਆ ਕਰੇ ਕਹੋ ਆ ਕਿਉਂ ਕਹੋ ਕਿੰਨਾ ਨਹੀਂ ਕਿੰਨਾ ਦੁੱਧ ਦਿੰਦੀ ਆ ਸਮਝੀ 8-8 ਕਿਲੋ ਦੁੱਧ 9-9 ਕਿਲੋ ਮੱਝੀ ਦਾ ਦੁੱਧ ਤੇ ਉਹ ਦੁੱਧ ਜਿਹੜਾ ਹੁੰਦਾ ਸੀ ਹੁਣ ਤੇ 5 ਕਿਲੋ ਦੇ ਬਰਾਬਰ ਹੈ ਕਿਲੋ ਦੁੱਧ ਆਂਦੇ ਨੇ ਵੀ ਜਿਵੇਂ ਗੱਲ ਕਰਦੇ ਨੇ ਵੀ ਬਾਂਡੇ ਦੇ ਵਿੱਚ ਦੁੱਧ ਪਾਵਣਾ ਤੇ ਉਹ ਹੱਥ ਤੇ ਦੋਵਣਾ ਤੇ ਉਹ ਦਵੇਣਾ ਉਹ ਥਿੰਦਾ ਹੀ ਨਾ ਲੱਗਦਾ ਉਹ ਸਿੱਧੇ ਹੱਥ ਜਾਈ ਨਹੀਂ ਲਾਉਂਦੀ ਉਹਦੇ ਟੋਲ ਹੋਰ ਦਾ ਦੁੱਧ ਜਿਹੜਾ ਹੈ ਹੋਰ ਦਾ ਕਿਉਂ ਉਹ ਇਹਨੇ ਹੋਇਆ ਪਿਆ
ناظرین تسی ایس تو اندازہ لا رہے جے بھی میری علی ہے 24 25 سال عمر ہے تے میری بیڑی ویکھ لو تے دادا جی دی ویکھ لو تے یقینا گل ہے میری بیڑی پکڑ لمڑ تے میرے کول نہیں چھڑائی جانی اے چیز ہوندی ہے خوراک دی پرانے دور دی پرانے وقت دی اے چیز ہوندی ہے تے پھر جڑا گا ایس تو ہٹ تے تسی اے دسو بھی تسی صدر ایوب یا انہاں جڑے اگے نے سیاسی دور کس طرح دے گئے سن ہن تاں سیاسی جویں گیا مگیا مکال عمران خان بھی پکڑیا گیا گا فوج پہنچ گئی مارشل لگ گئی حکومت چلی آئی نا 11 سال حکومت کر گیا ایڈی عوام سوکھی آئی کوئی عادت اوپر چادر چودر وہ پردے دی چادر بڑیاں دیا چادر ریڈیو اسٹیشن چڑھ کے اعلان کیتا اس آخیا کل شام تک کسی بڑی دی چادر ہوئی نا فڑ کے تھانے دتا جی بولو وہ چادر جی سلوارا سیبیا سا دب 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 سا وہ جا چو پارا جا بڑی سلوارا سیبت کے سلوارا پائیا یا وہ گگر جڑے نپے پایا گگر وہ بڑے بار چوتھے گنتے آئے سخی یقوب دا کی سمجھ لگا سخی یقوب دا اس نے کہ انہوں نے بوری دانے دی اند سر تے رکھی ہے ایسا کہ لے جا رہا کہ بوری ہے دو من دی کہ پونے دو من دی اے کریتا پڑا دی اے اند سر تے راہ دیتی ہے چاہر ہی وہ اٹھو چاہیے سو چھڑک تو جیسے پانچ منٹ گزر گئے ایسا کہ ٹورا پھیرا ہوں کیا کرنا کہ بس مطلب 50 کلو دی ایک تے 40 80 ڈائی من ہو گیا جی دو بوریاں سر تے رکھ کے چال گیا جی آپ بٹھا بٹھا مطلب کہ سکوٹر ہینڈل بسے قابو کی دو بوریاں سر تے چاک تے لے جانا بڑا دودھ پیتا اچھا باہر جدو جانا ہے روٹی جی فصل کام کر رہے گی ہل وا رہے نے جہاں بھی کر رہے نے جانا ہے روٹی جانی تے نال مکھن ہونا مکھن نہ روٹی کھانی تو پھر اندر زہری گل آندرا تو کڑی کرنی تو جی چاہ پیتے ہیں تو چاہ نے تو سڑنا ہی اندر چاہ اچھا
ਅੱਛਾ ਇਹ ਜਿਹੜਾ ਹੈਗਾ ਨਾ ਹੋਰ ਡੋਡਾ ਜਿਹੜਾ ਹੈਗਾ ਨਾ ਸਿਹਤ ਦਾ ਇਸ ਤੋਂ ਹੱਟ ਤੇ ਵੀ ਕੀ ਰਾਜ਼ ਹੈਗਾ ਦੁੱਧ ਗਿਓ ਖਾਣਾ ਪੀਣਾ ਫਿਰ ਜਿਹੜਾ ਹੈਗਾ ਇਸ ਤੋਂ ਇਲਾਵਾ ਕੀ ਐਸ ਸਪੈਸ਼ਲ ਤੁਸੀਂ ਖਾਂਦੇ ਹੋ ਜਿਵੇਂ ਕਿ ਅਦਰ ਕੋਈ ਵੀ ਖੁਰਾਕ ਹੁੰਦੀ ਹੈ ਕੋਈ ਜਿਵੇਂ ਕਿ ਜਮਾਮਣੇ ਵਗੈਰਾ ਬਣਾ ਲੈ ਜਾਂ ਜਿਵੇਂ ਕਿ ਚਸਕੇ ਜਾਂ ਫਿਰ ਜਿਵੇਂ ਕਿ ਲੋਕ ਨਸ਼ੇ ਤੇ ਲੱਗ ਗਏ ਨਸ਼ਾ ਵਗੈਰਾ ਨਸ਼ਾ ਵਗੈਰਾ ਉਸ ਦੌਰ 'ਚ ਕਿੰਨਾ ਕੁ ਹੈਗਾ ਸੀ ਜਿਵੇਂ ਕਿ ਹੁਣ ਲੋਕ ਹੁਣ ਕਈ ਹੋਰ ਤਾਂ ਹਰ ਬੰਦਾ ਜ਼ਾਲਮ ਹੈ ਸੂਟੇ ਵਾਲੇ ਜਿਹੜੇ ਸ਼ੈਤਾਨ ਲੋਕ ਨੇ ਪੀਤੀ ਆਉਂਦੇ ਨੇ ਜਿਵੇਂ ਜਦੀਦ ਦੌਰ ਆਉਂਦਾ ਜਾਂਦਾ ਉਵੇਂ ਜਿਹੜਾ ਹੈ ਨਾ ਆਵਾਮ ਜਿਹੜੀ ਕਿਸ਼ਨਵਾਦੀ ਸਿਹਤ ਆਦੀ ਸਿਹਤ ਦਾ ਪ੍ਰਗਟਾ ਆਪਣਾ ਆਪ ਹੀ ਜਾਂਦੇ ਜ਼ਿਆਦਾ ਜ਼ਹਿਰੀ ਗੱਲ ਹੈ ਆਪਣਾ ਖਿਆਲ ਨਹੀਂ ਰੱਖਦੇ ਹੈਗੇ ਨਾਨਾ ਜੀ ਦਾਦਾ ਜੀ ਤੁਸੀਂ ਕੋਈ ਹੋਰ ਗੱਲ ਕਰਨਾ ਚਾਹੋ ਕੋਈ ਸਲਾਹ ਦੇਣਾ ਚਾਹੋ ਇਹਨਾਂ ਨੂੰ ਸਾਰੇ ਜਿਹੜੇ ਵੀਰ ਭਰਾ ਸੁਣ ਰਹੇ ਨੇ ਨਾਜ਼ਰੀਨ ਸੁਣ ਰਹੇ ਨੇ ਸਾਰੇ ਭਰਾ ਹਲਾਲ ਖਾਵਣ ਆਰਾਮ ਤੋਂ ਬਚਣ ਤੇ ਰੱਬ ਦੇ ਬਰਕਤ ਹੀ ਬਰਕਤ ਤੇ ਤਾਗਤ ਹੀ ਤਾਗਤ ਲੈ ਕੇ ਆਰਾਮ ਬਹਿ ਜਾਂਦਾ ਬੰਦੇ ਨੂੰ ਪੱਲੇ ਹੀ ਕੋਈ ਸ਼ਾਇਦ ਚੜ੍ਹਦਾ ਤੇ ਜ਼ਿੰਦਗੀ ਚੱਲਣ ਦੇ ਹੁਕਮ ਨਾਲ ਜੇ ਸੁਰਤ ਸੰਭਲੀ ਆਪਾਂ ਨੇ ਨੇੜੇ ਗਏ ਆਰਾਮ ਦੇ ਤੇ ਐਡਾ ਐਡਾ ਵਜਨ ਇੱਥੇ ਉਹ ਤਾਂ ਲੱਕੜ ਪਈ ਹੋਵੇ ਇਹਨੇ ਪਹਾੜ ਚ ਆਉਂਦਾ ਹੁੰਦਾ ਸੀ ਤੇ ਆਰਾਮ ਖਾ ਕੇ ਨਹੀਂ ਚਾਹੁੰਦਾ ਹੁੰਦਾ ਸੀ ਗੱਲ ਨੋਟ ਵੇਖਿਆ ਸੁਹਾਗਾ ਆਹ ਜਿੱਡਾ ਪਿਆ ਇਹਦਾ ਇਹ ਟਰੈਕਟਰ ਦਾ ਏਡਾ ਸੁਹਾਗਾ ਤੇ ਏਡਾ ਮੋਟਾ ਹੋਵੇ ਨਾਜ਼ਰੀਨ ਇਹ ਟਰੈਕਟਰ ਦਾ ਜਿਹੜਾ ਕਹਿੰਦਾ ਸੁਹਾਗਾ ਲੋਹੇ ਦਾ ਜਿਹੜਾ ਹੁੰਦਾ ਨਾ ਵੱਡਾ ਉਹ ਪਿਆ ਹੈਗਾ ਟਰੈਕਟਰ ਨਾ ਲੱਕੜ ਦਾ ਅੱਛਾ ਲੱਕੜ ਉਸ ਦੌਰ ਚ ਲੱਕੜ ਦਾ ਮੇਰੇ ਹਿਸਾਬ ਨਾਲ ਜ਼ਿਆਦਾ ਪਾਰਾ ਹੋਣਾ ਵਜੋ ਲੋ ਦਾ ਕਿਧਰੇ ਖਾਣਾ ਤੇ ਉਹ ਡੱਗਿਆ ਮਗਰ ਖਤਣਾ ਤੇ ਉਹ ਕਿਲੇ ਹੁੰਦੇ ਇਹਨਾਂ ਨੂੰ ਮੈਨੂੰ ਤਾਪ ਹੋਵੇ ਮੈਨੂੰ ਆਪ ਤੇ ਮੁੰਜਾ ਖਿੱਚੀ ਅੱਲਾ ਬਚ ਕੇ ਉਹ ਸੁਹਾਗਾ ਪਿਆ ਹੋਵੇ ਤੇ ਉੱਥੇ ਬੰਦੇ ਖਾਏ ਤੇ ਉਹ ਮੁੰਡੇ ਖਿੱਚੀ ਆਖਿਆ ਵੀ ਜਿਹੜਾ ਬੰਦਾ ਆ ਸੁਹਾਗੇ ਨੂੰ ਚਾਹ ਕੇ ਨਾ ਮੋਢੇ ਤੇ ਮੋਢੇ ਤੇ ਰੱਖ ਕੇ ਤੇ ਚਾਹ ਕੇ ਸੱਟ ਦੇਵੇ ਤੇ ਮੈਂ ਰੁਪਈਆ 100 ਦੇਵਾਂ ਦਾ ਅੱਛਾ ਪਰ ਦੋਵੇਂ ਬੰਦੇ ਨਹੀਂ ਹੈਗੇ ਇੱਕ ਮੇਰਾ ਨਾਂ ਲਿਓ ਤੁਸੀਂ ਕਨਵਰ ਦਾ ਇਹ ਵੀ ਇਹਨਾਂ ਦੋ ਬੰਦਿਆਂ ਨੇ ਉਹ ਤੋਂ ਬਿਨਾਂ ਇਹ ਇਹ ਦੋ ਬੰਦੇ ਨਹੀਂ ਬਾਕੀ ਹੈ ਪਿੰਡ 'ਚ ਜਿਹੜਾ ਬੰਦਾ ਚਾਹ ਕੇ ਸੁਹਾਗਾ ਸੱਟ ਦੇਵੇ ਨਾ ਉਹਨੂੰ ਰੁਪਈਆ 100 ਦੇ ਸਾ ਨਹੀਂ ਚਵਿਆ ਸੀ ਕਿਸੇ ਤੋਂ ਵੀ ਤੇ ਮੋੜੋ ਬੰਦਿਆਂ ਨੇ ਜਿਹੜਾ ਉਦਾਲੇ ਹੋ ਗਏ ਤੇ ਮੈਨੂੰ ਤਾਪ ਆਦਾ ਤੇ ਮੈਂ ਘਰੇ ਪਿਆ ਬੰਦੇ ਅਨਵਰ ਦੇ ਉਦਾਲੇ ਹੋ ਗਿਆ ਲਾਬਸ ਕੇ ਅਨਵਰ ਦੇ ਵੀ ਯਾਰ ਨਹੀਂ 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 ਚਾਵੀ 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 ਉਹਨੂੰ ਅਨਵਰ ਨੇ ਇਧਰ ਪਾਸੋਂ ਮੱਥੇ ਤੋਂ ਚਾਹ ਲਿਆ ਤੇ ਚਾਹ ਕੇ ਸਿੱਧਾ ਲਈ ਗਿਆ ਤੇ ਮੋਢੇ ਤੇ ਰੱਖ ਕੇ ਚਾਹ ਕੇ ਸੱਟ ਦਿੱਤੋ ਜਿਹੜੇ ਰਿਵਾਜ ਹੈਗੇ ਨੇ ਮਤਲਬ ਕਿ ਹੁਣ ਤਾਂ ਕਿੱਡੇ ਗੰਦੇ ਰਿਵਾਜ ਨੇ ਹੁਣ ਤਾਂ ਲੋਕੀ ਜਿਹੜਾ ਹੈਗਾ ਨਾ ਸ਼ਾਦੀਆਂ ਤੇ ਮੈਡਮਾਂ ਖੁਸਰੇ ਨਾ ਸਦਾਵਣ ਉਹਨਾਂ ਨੂੰ ਆਰਾਮ ਹੀ ਨਹੀਂ ਆਉਂਦਾ 10-10, 15-15, 20-20 ਲੱਖ ਸੱਟ ਦੇਣਾ ਉਹਨਾਂ ਉਦੋਂ ਸਾਦਾ ਕੰਮ ਹੁੰਦਾ ਚੁੱਪ ਕਰਕੇ ਜਾਂਦੇ ਝੜੀ ਮਿਸਾਲ ਤੌਰ ਤੇ ਵੀ ਆਪਣੇ ਬੱਚੇ ਦੇ ਪੈਦਾ ਹੋਣ ਦੇ ਹੋ ਗਿਆ ਬੱਚੇ ਦੀ ਫਿਰ ਜਿਹੜਾ ਹੈਗਾ ਅੱਗੇ ਸ਼ਾਦੀ ਤੇ ਹੋ ਗਿਆ ਜਾਂ ਅੱਗੇ ਜਿਵੇਂ ਕਿ ਫੌਰਨ ਦਾ ਇਹ ਇੰਡੀਆ ਤੋਂ ਜਿਹੜਾ ਹੈਗੇ ਨੇ ਕੁਝ ਜਿਵੇਂ ਕਿ ਆਪਾਂ ਬੰਨਣੇ ਹੈਗੇ ਆ ਬਾਹਰ ਬੰਨ ਦਿੱਤੇ ਸ਼ਤੂਤ ਜੇ ਛੋਰ ਪੈਦਾ ਹੋਵੇ ਇੱਧਰ ਬੱਚਾ ਹੋਇਆ ਵੀ ਨਾ ਵੀ ਨਾ ਤਵੀਤ ਆਗਾ ਮੇਰੇ ਕੋਲੇ ਉਹ ਜਾਦੂ ਦੇ ਤਵੀਤ ਵੀ ਤਾਂ ਕਾਲੇ ਇਲਮ ਦੇ ਲੋਕਾਂ ਪਾਏ ਹੁੰਦੇ ਤੂੰ ਬੱਚੇ ਤੋਂ ਉੱਤੇ ਵਿਆਹ ਗਿਆ ਬਸ ਉਹਨੂੰ ਰੋਹਾ ਬਣ ਗਿਆ ਤੇ ਗਡੋਲੀਆਂ ਵਗੈਰਾ ਵੀ ਵਰਦੇ ਸਨ ਉਦੋਂ ਗਡੋਲੀਆਂ ਵਰਦਿਆ ਪਰ ਰੋਣ ਲੱਗ ਗਿਆ ਤਾਂ ਇਹਨਾਂ ਨੇ ਨੱਚਣ ਤੇ ਸ਼ਾਬਾ ਤਿਆ ਉਹ ਤਾਂ ਚੁੱਪ ਕਰਕੇ ਇੱਕ ਬੁੜੀ ਨੇ ਗਡੋਲੀ ਫੜ ਲੈਣੀ ਸਿਰ ਤੇ ਰੱਖ ਲੈਣੀ ਤਾਂ ਅੱਗੂ ਹੁੰਦਾ ਜਿਹੜਾ ਸਾਈ ਉਹਨੇ ਅੱਗੂ ਫੜ ਲੈਣਾ ਲੀੜਾ
ਤੇ ਵਾ ਲੈ ਜਾਣਾ ਕੋਈ ਤੋਂ ਬਾਹਰ ਕੇ ਤੇ ਚਲੋ ਜੀ ਉਹਵੇਂ ਪਿੱਛਾ ਲੈ ਜਾ ਲੈ ਉਹਦੇ ਨਾਲ ਨਿੰਗਰ ਨਾਲ ਕੇ ਸੱਟ ਵੀ ਜਾਂਦੀ ਆ ਜਾਂਦੀ ਆ ਲਾਰਾ ਜਾਂਦਾ ਪਿਆ ਹੋਰ ਤਾਂ ਉਹਦਾ ਕਿ ਕੰਜਰ ਖਾਨੇ ਉਹ ਨੇ ਵੀ ਅੱਲਾ ਭਲਾ ਦੇ ਵਿੱਚ ਆਉਂਦੀ ਹੈ ਤੂੰ ਬਾਅਦ ਅੱਛਾ ਇਹ ਜਦੋਂ ਪਾਕਿਸਤਾਨ ਦੇ ਇੰਡੀਆ ਇਕੱਠੇ ਗਏ ਸਨ ਉਦੋਂ ਇਹ ਜਿਵੇਂ ਕਿ ਸ਼ਾਦੀ ਵਿਆਹ ਹੋ ਗਈ ਜਾਂ ਕੁੱਦਾ ਬੱਦੂ ਬੋਗਤ ਹੋ ਗਈ ਜਾਂ ਰਲ ਕੇ ਖਾਣਾ ਪੀਣਾ ਉਦੋਂ ਤਾਂ ਫਰਕ ਕੋਈ ਨਹੀਂ ਹੁੰਦਾ ਹੋਣਾ ਹਿੰਦੂਆਂ ਸਿੱਖਾਂ ਸਾਰੇ ਇਕੱਠੇ ਬੈਠੇ ਇਕੱਠੇ ਕੀ ਹੁੰਦਾ ਸੀ ਫਰਕ ਨਾ ਨਾ ਫਰਕ ਹੁੰਦਾ ਤਾਂ ਉਹਨਾਂ ਦਾ ਖਾਣਾ ਪਾਕ ਕੇ ਵੱਖਰਾ ਰੱਖੀਦਾ ਸੀ ਜੇ ਭਾਈਚਾਰਾ ਜਿਹਨੂੰ ਸੱਦਦੇ ਆ ਤੇ ਉਹ ਖਾ ਲੈਂਦੇ ਆ ਅੱਛਾ ਤੇ ਜੇ ਮੁਸਲਮਾਨਾਂ ਨੂੰ ਮਤਲਬ ਇੰਡੀਆ ਵਾਲੇ ਸਿੱਖ ਸੱਦਦੇ ਆ ਉਹਨਾਂ ਦੀ ਸ਼ਾਦੀ ਹੋਣੀ ਤੇ ਮੁਸਲਮਾਨ ਨਾਈਆਂ ਨੇ ਪਕਾਉਣਾ ਰਾਸਣ ਸੁੱਕਾ ਲੈ ਕੇ ਉਹਨਾਂ ਕੋਲ ਉਹਨਾਂ ਪਕਾਉਣਾ ਅਤੇ ਪਕਾ ਕੇ ਉਹ ਵੱਖਰਾ ਰੱਖਣਾ ਅਤੇ ਉਹ ਮੁਸਲਮਾਨ ਉਹਨਾਂ ਦੇ ਵੱਖਰੇ ਬਾਂਡੇ 'ਚ ਉੱਥੇ ਬਹਿ ਕੇ ਉਹਨਾਂ ਖਾਣਾ ਅਤੇ ਉਹਨੇ ਅੰਦਰ ਨਾਲ ਦੇ ਕੇ ਆ ਜਾਣਾ ਅਸੀਂ ਕਰਦੇ ਉਹ ਰਲ ਕੇ ਨਹੀਂ ਵਿੱਚ ਕਈ ਤੁਰੇ ਫਿਰਦੇ ਸ਼ੁਗਲ 'ਚ ਖਾ ਵੀ ਲੈਂਦੇ ਆ ਅੱਛਾ ਉਹ ਜਿਹਨਾਂ ਨੂੰ ਨਹੀਂ ਸਮਝ ਹੈਗੀ ਆਈ ਉਹ ਆ ਜਾ ਚੱਲ ਆ ਜਾ ਯਾਰ ਆ ਜਾ ਜਲੇਬੀ ਖਾ ਲਈਏ ਉਹ ਖਾ ਲੈ ਜ਼ਾਹਰੀ ਗੱਲ ਜਿਹਨਾਂ ਨੂੰ ਮਜ਼ਹਬ ਦਾ ਪਤਾ ਹੋਵੇ ਉਹ ਨੇੜੇ ਨਹੀਂ ਜਾਂਦੇ ਜਿਹਨਾਂ ਦਾ ਪਿਓ ਦਾ ਤਾਂ ਅੱਲਾ ਦੇ ਹੁਕਮਾਂ ਆਪਣਾ ਜਿਹੜਾ ਹੈ ਇਨਸ਼ਾਅੱਲਾ ਵਾਣਾ ਦਾ ਅੱਲਾ ਮੇਰੇ ਦੇ ਹੁਕਮ ਨਾਲ ਸ਼ੁਰੂ ਤੋਂ ਲੈ ਕੇ ਇਹਦੀ ਵਜ੍ਹਾ ਨਾਜ਼ਰੀਨ ਇਹ ਵੀ ਹੈਗੀ ਹੈ ਕਿ ਅਲਹਮਦੁਲਿਲਾ ਅਲਹਮਦੁਲਿਲਾ ਅੱਲਾ ਦੇ ਲੱਖ ਲੱਖ ਸ਼ੁਕਰ ਨਾਲ ਅਸੀਂ ਜਿਹੜਾ ਹੈ ਨਾ ਸ਼ੁਰੂ ਤੋਂ ਹੀ ਸਾਡਾ ਜਿਹੜਾ ਸ਼ਜਰਾ ਹੈਗਾ ਮਾਣਾ ਦਾ ਉਹ ਹਜ਼ਰਤ ਅਲੀ ਅਲੈਹਿਸ ਸਲਾਮ ਨਾਲ ਮਿਲਦਾ ਹੈਗਾ ਬਿਲਕੁਲ ਤੇ ਜਿਹਨੂੰ ਜਿਹੜਾ ਹੈਗੇ ਨੇ ਮੇਰੇ ਦਾਦਾ ਜੀ ਅਤੇ ਮੇਰੇ ਨਾਨਾ ਜੀ ਇਮਾਮ ਹਨੀਫ ਦੇ ਨਾਲ ਅਸੀਂ ਉਲਾਦ ਹਜ਼ਰਤ ਇਮਾਮ ਹਨੀਫ ਜੀ ਇਮਾਮ ਹਨੀਫ ਅਲੀ ਦਾ ਸੀ ਹਾਂਜੀ ਅਲੀ ਮੁਤਲਬ ਦਾ ਮੁਤਲਬ ਹਾਸ਼ਮ ਦਾ ਹਾਸ਼ਮ ਅਬਦੁਲ ਮਨਾਫ ਅੱਛਾ ਇਹ ਜਿਹੜੇ ਚੌਹਾਨ ਹੈਗੇ ਨੇ ਇਹ ਪਿਛਾ ਤੂੰ ਆਪਣੀ ਕਿਆ ਬਰਾਦਰੀ ਦੇ ਵਿੱਚ ਆਪਣੇ ਅਵਾਣਾ ਨਾਲ ਰਲਦੇ ਨੇ ਚੌਹਾਨ ਤੇ ਕਲਗਾਨ ਤੇ ਅਵਾਣ ਇਹ ਰਲਦੇ ਨੇ ਉਹ ਨਾਂ ਰਖੀਜੇ ਸਰ ਨਾ ਉਹ ਇਹਨਾਂ ਕੁਣਬਿਆਂ ਦੇ ਵਿੱਚ ਤੇ ਆਪਣਾ ਅਵਾਨ ਰਖੀਜਾ ਸਿੱਧਾ ਨਾਮ ਕੁਤਬ ਸ਼ਾਹ ਕੁਤਬ ਸ਼ਾਹ ਵੀ ਅਵਾਨ ਉਹ ਕੁਤਬ ਸ਼ਾਹ ਦੀ ਆਪਾਂ ਆਵਾਜ਼ ਦਿੰਦੇ ਹਾਂ ਅੱਛਾ ਬਾਕੀ ਜਿਹੜਾ ਪੂਰਾ ਸ਼ਜਰਾ ਹੈਗਾ ਉਹ ਤਾਂ ਜ਼ਹਿਰੀ ਗੱਲ ਹੈ ਆਪਾਂ ਨੂੰ ਨਹੀਂ ਯਾਦ ਜਾਂ ਆਪਾਂ ਨਹੀਂ ਪੜ੍ਹ ਸਕਦੇ ਜਿਹੜਾ ਜਿੰਨਾ ਕੁ ਤੁਹਾਨੂੰ ਯਾਦ ਹੈ ਪਿਓ ਦਾਦੇ ਪੜਦਾਦੇ ਤੱਕ ਉਹਨਾਂ ਕੋ ਥੋੜ੍ਹਾ ਜਿਹਾ ਜ਼ਰਾ ਨਾਜ਼ਰੀਨ ਨੂੰ ਦੱਸ ਦਿਓ ਰੋਸ਼ਨੀ ਪਾ ਦਿਓ ਬਈ ਤੁਹਾਡਾ ਨਾਮ ਮਤਲਬ ਇਹ ਮੇਰੇ ਨਾਨਾ ਜੀ ਮੇਰੇ ਦਾਦਾ ਜੀ ਦੋਨੋਂ ਆਪਸ ਵਿੱਚ ਸਗੇ ਭਾਈ ਹੈਗੇ ਨੇ ਅਤੇ ਮੇਰੇ ਸਗੇ ਦਾਦਾ ਜੀ ਨੇ ਅਤੇ ਮੇਰੇ ਸਗੇ ਨਾਨਾ ਜੀ ਨੇ ਤੁਸੀਂ ਇਹ ਦੱਸ ਦਿਓ ਵੀ ਤੁਹਾਡੇ ਵਾਲਦ ਦਾ ਨਾਮ ਤਾਂ ਮੁਹੰਮਦ ਅਬਦੁੱਲਾ ਸਾਹਿਬਗਾ ਸੀ ਉਹਨਾਂ ਦੇ ਅੱਗੇ ਮਤਲਬ ਜਿਹੜਾ ਦੋ ਚਾਰ ਜਿਹੜੇ ਯਾਦ ਹਨ ਉਹ ਜ਼ਰਾ ਦੱਸ ਅੱਛਾ ਅਬਦੁੱਲਾ ਰੋਡੇ ਦਾ ਅਤੇ ਰੋਡਾ ਗੁਲਾਮ ਦਾ ਅਤੇ ਗੁਲਾਮ ਹੈਬੂ ਦਾ ਅਤੇ ਹੈਬੂ ਰਜਾਣੀ ਦਾ ਹਕੀਮ ਦਾ ਹਕੀਮ ਰਜਾਣੀ ਦਾ ਰਜਾਣੀ ਹੋਏ ਦਾ ਇਹ ਉਤਾਂ ਨੂੰ ਗਿਆ ਜਿਥਾਂ ਨੂੰ ਉਦੋਂ ਦੁੱਲਾ ਦੁੱਲੇ ਦਾ ਦੁੱਲਾ ਵਾਲ ਦਾ ਅਸਮਾਇਲ ਨਾ ਅਸਮਾਇਲ ਵਾਲ ਦੁੱਲਾ ਅਤੇ ਦੁੱਲਾ ਵਾਲ ਰੋਡਾ ਅਤੇ ਰੋਡਾ ਵਾਲ ਗੁਲਾਮ ਇਹ ਗੁਲਾਮ ਤੋਂ ਜਾ ਕੇ ਇੱਥੇ ਰਲ ਗਏ ਮਤਲਬ ਵੱਡੀ ਪੀੜ ਗੁਲਾਮ ਕੇ ਆਣ ਇਹ ਦੋਨਾਂ ਦਾ ਕੰਮ ਟੁੱਟਦਾ ਇਹ ਅਸੀਂ ਹੁਣ ਫਿਰਦੇ ਹਾਂ ਮਤਲਬ ਦੁੱਲੇ ਦੇ ਪੋਤਰੇ ਦੋਹਤਰੇ ਅੱਛਾ ਮਤਲਬ ਆਪਣੀ ਜਿਹੜੀ ਅਗਲੀ ਨਸਲ ਉਹ ਅਬਦੁੱਲਾ ਕੀ ਇਸ ਤਰ੍ਹਾਂ ਜਿਵੇਂ ਕਿ ਹਰ ਕਿਸੇ ਦੀ ਅਪੀਲ ਲੱਗਦੀ ਅਤੇ ਫਿਰ ਜਿਹੜਾ ਹੈਗਾ ਦੂਸਰੀਆਂ ਜਿਹੜੀਆਂ ਕੌਮਾਂ ਕੋਈ ਮੁਸਲਮਾਨ ਹੋਈਆਂ ਬਾਅਦ ਵਿੱਚ ਜਿਹਨਾਂ ਦਾ ਸੁਣਿਆ ਜਿਵੇਂ ਕਿ ਮਿਸਾਲ ਤੌਰ 'ਤੇ ਬਲੋਚ ਹੋ ਗਏ ਬਲੋਚ ਬਾਅਦ ਦੇ ਮੁਸਲਮਾਨ ਹੋਏ ਨੇ ਬਲੋਚ ਬਾਅਦ ਦੇ ਮੁਸਲਮਾਨ ਹੋਏ ਨੇ ਅਮਾਨ ਅਤੇ ਖੁੱਖ ਅਤੇ ਮੁੱਖ ਸਭ ਪਿੱਛੇ ਇਹ ਅਵਾਨ ਤੇ ਜਵਾਨ ਤੇ ਕਲਗਾਨ ਤੇ ਖੋਖਰ ਤੇ ਮੋਖਰ ਇਹ ਪਹਿਲੇ ਇੱਬਤ ਲਾਈ ਮੁਸਲਮਾਨ ਨੇ ਤੇ ਬਾਕੀ ਸਾਰੀਆਂ ਹਜ਼ਰਤ ਇਮਾਮ ਹਜ਼ਰਤ ਇਮਾਮ ਹਨੀਫ ਦੇ ਹਜ਼ਰਤ ਅਲੀ ਦੇ 18 ਬੇਟੇ ਸਨ ਅਠਾਰਾਂ ਬੇਟਿਆਂ ਦੀ ਜਿਹੜੀ ਔਲਾਦ ਹੈ ਉਹ ਤਾਂ ਮੁਸਲਮਾਨ ਹੀ ਆਈ ਮਾਸ਼ਾਅੱਲਾ
اصل بڑا آزاد اصل ہے مطلب اپنی اے قوم نو دوجیا نالو خصوصی آزاد اصل ہے کہ اسی شروع تو امان ہے ٹھیک ہے نا امام علی دی اولاد ہے امام امان ہے جڑے لوگ قدر جانتے نے سید تو بعد جڑا ہے نا رتبہ دیندے نے سید تو بعد بالکل سید تو بعد رتبہ دیندے نے سید پوندی سید دی پوندی امان بہ سکدا ہے نا بہ سکدا تو ادب دے طور نہیں بندا اگلا دا سید بیٹھا دا میں ادب نہیں بندا تے اچھا پھر ایک ہور جو گل انڈیا دے وچ ایک بڑے بڑے بزرگ گزرے نے جنہاں دا کہ اے بھی سنیا گیا کہ انہاں دا بڑا بڑا ایک لنگر تیار ہوندا ہے گا لوگ کوئی دال سٹ گئے کوئی چینی سٹ گئے کوئی کی چیز سٹ گئے بڑے مشہور ایک گزرے پانچ پیر نہیں کچھ نام ہے پانچ پیر نہیں وہ جو جا مینو نام بولیا کھڑا ہے خواجہ میر علی نے خواجہ نظام الدین اولیا خواجہ نظام الدین اولیا نے کہ کہڑے نے وہ مٹ ہے گا وہ سو مارتا سو مارتا سو مارتا تے وہ مڑ جڑا آیا انہیں جیڑی شاید ہوئی بھینس ماری جیڑی شاید جی کوئی کھنڈ سٹی جانا کچھ چاول سٹی جانا ہے کوئی سوجی سٹی جانا ہے کوئی کچھ سٹی جانا ہے وہ جو بھریا جاتا وہ سارا ملا کے تو کوئی وہ دستے رہے بھی وہ لنگر ایسا سوادی بنتا ہے نا کہ چس ہو جائے سارے ہر قسم کے کھانے رہے اچھا ہاں انہوں نے بارے بڑا مشہور ہے نام یاد چیتا بھولیا کھانا نام 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 ناظرین نہیں یاد آ رہا نام ایک ویلا دیکھا بھی سی سنیا بھی سی باقی تھی سمجھ بھی جاؤ گے تو سنیا تے پھر جڑی ایک اکاڑا دی مشہور ہستی ہے گے نے کرما والا شریف کرما والا تسی انہاں دے بارے تسی انہاں دے بارے کچھ گل کر رہے سو پہلے کرما والا شریف ہو گئے پھر اس تو اٹ تے پر بالا پیر محمد غوث ہو گئے پھر جڑا ہے او جڑا داؤد بندگی شیر گڑھ کرمانی صاحب داؤد بندگی کرمانی صاحب او ہو گیا سلطان باو بلے شاہ مطلب جن نے بھی بڑے اچھا سلطان باو بھی امان ہے گے سن امان اچھا ਤੁਸੀਂ ਖੁਦ ਉਹਨਾਂ ਦੇ ਦਰਬਾਰ ਤੇ ਗਿਆ ਜੇ ਤੁਸੀਂ ਗਿਆ ਜੇ ਤੁਸੀਂ ਗਿਆ ਤਿੰਨ ਵਾਰ ਗਿਆ ਵੇਖਿਆ ਮੈਂ ਅੱਛਾ ਦਰਬਾਰ ਫਤਿਹਪੁਰ ਵੀ ਗਿਆ ਅੱਛਾ ਉਹਦੇ ਬਾਰੇ ਜ਼ਰਾ ਦੱਸੋ ਬਈ ਉਹਨਾਂ ਦੇ ਦਰਬਾਰ ਤੇ ਜਿਹੜਾ ਹੈ ਕਿੰਨਾ ਰਸ਼ ਹੁੰਦਾ ਹੈਗਾ ਤੇ ਕਿੰਨੇ ਮਤਲਬ ਕੰਮ ਲੱਗੇ ਨੇ ਤੇ ਇੱਕ ਵਾਰ ਵੀ ਮੈਂ ਤਾਂ ਗਿਆ ਜਿਹੜਾ ਨੇ ਜਦੋਂ ਉਰਸ ਹੋਇਆ ਹਾਂਜੀ ਤੈਨੂੰ ਤਾਂ ਅੱਗੇ ਦੋ ਵਾਰ ਗਿਆ ਤੇ ਉਰਸ ਹਸਪਤਾਲ ਤੋਂ ਨਹੀਂ ਗਿਆ ਤੇ ਰਸ਼ ਉੱਥੇ ਬੇਤਾਸ਼ਾ ਹੁੰਦਾ ਉੱਥੇ ਹੋਵੇ ਨਾ ਕਦੇ ਵੀ ਦਸ ਮੁਹਰਮ ਦੀ ਉਹ ਹੁਣ ਹੁਣ ਮੁਹਰਮ ਆਉਣੇ ਦਸ ਮੁਹਰਮ ਦੀ ਖਤਮ ਸ਼੍ਰੀ ਪੜੀ ਗਿਆ ਅੱਛਾ ਹੁਣ ਜਿਹੜਾ ਹਾਂ ਹੁਣ ਲੱਗਦਾ ਅੱਛਾ ਉੱਥੇ ਆਰਡਰ ਹੈਗਾ ਇਹਦਾ ਵੀ ਜਿਹੜਾ ਨੇ ਆਇਆ ਸਲਾਮ ਕੀਤਾ ਦੁਆ ਕੀਤੀ ਇਜਾਜ਼ਤ ਬਈ ਵੀ ਜਾਵੇ ਕੋਈ ਰਵੇ ਜਾਵੇ ਅੰਦਰ ਦਰਬਾਰ ਦੇ ਵਿੱਚ ਨਹੀਂ ਦਾਖਲ ਹੋ ਸਕਦਾ مطلب آرڈر دعا مانگ کے ختم جانا ختم شریف پڑھ کے دنیا میوے نہ تھا لبے کتنے کو بس دنیا جانتی ہے تو آدھی تو میں جب پہل یار گیا تو پہل یار بس اندر بڑے تو میں تو سرحدی والے پاس گلاب چاہ لیا گلاب چاہ کے تو نال سرحدی کے سر کے نال جڑا نے متھا چلایا تو اتنے دعا منگی ہے وہ دعا منگی گھر ہٹ کے آ گیا تریے مہینے وہ دعا دعا قربان کر دیتی چھکڑی یار میں گیا نا ادو بند ہوا بچہ
ਪਤਾ ਨਹੀਂ ਮੁਕੇ ਤੇ ਬਾਤ ਕਰ ਦਿੱਤਾ ਸ਼ਾਇਦ ਵਜਿਆ ਹੋਵੇ ਉਹ ਨਿਜ਼ਾਮ ਚ ਬਦਲਦੇ ਰਹਿੰਦੇ ਨੇ ਤੇ ਉਹ ਜ਼ਿਆਦਾਤਰ ਜਿਹੜਾ ਹੈ ਨਹੀਂ ਆਪਦਾ ਖਾਨਦਾਨ ਹੀ ਤੁਰਿਆ ਆਉਂਦਾ ਬੈਠੇ ਦੇ ਨਾਲ ਹੀ ਘਰ ਮਤਲਬ ਅਗਲੇ ਪਾਸੇ ਦਰਬਾਰ ਦੇ ਅਵਾਣਾ ਦੇ ਅਮਾਨ ਬਰਾਦਰੀ ਬਹੁਤ ਜ਼ਿਆਦਾ ਅਕਸਰੀਅਤ ਵਿੱਚ ਹੈ ਮੇਰੇ ਖਿਆਲ ਨਾਲ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਉਕਾੜੇ ਚ ਮੀਆਂਵਾਲੀ ਤੇ ਜੇਲਮ ਵੀ ਬਹੁਤ ਹੈ ਮੀਆਂਵਾਲੀ ਤੇ ਜੇਲਮ ਬਹੁਤ ਹੈ ਤਕਰੀਬਨ ਵੇਖਿਆ ਜਾਵੇ ਤਾਂ 10 15 ਸਾਰਾ ਹੀ ਆ ਮੀਆਂਵਾਲੀ ਜੇਲਮ ਤੇ ਮੀਆਂਵਾਲੀ ਉੱਥੇ ਬਹੁਤ ਬੜੇ ਅਮਾਨ ਅਜਾ ਮੋੜੇ ਤੇ ਜਿਹੜਾ ਹੈ ਦੀ ਜੇਲੇ ਕੀ ਹੋ ਬਾਵਲਪੁਰ ਉਸ ਇਲਾਕੇ 'ਚ ਵੀ ਅਮਾਨ ਬਹੁਤ ਹੈ ਤੇ ਉਹ ਹੁਣ ਕਈ ਐਵੇਂ ਵੀ ਅਮਾਨ ਬਣੇ ਨਾ ਜਿਹਨੂੰ ਜਾਤ ਨਾ ਲੱਭੀ ਅਮਾਨ ਬਣ ਗਿਆ ਇਹ ਵੀ ਬਣੇ ਉਹ ਤਾਂ ਫਿਰ ਸ਼ਜਰਾ ਕੱਢਿਆ ਸਾਰੀ ਗੱਲ ਪਤਾ ਚੱਲ ਜਾਂਦਾ ਹੈਗਾ ਬੰਦੇ ਨੂੰ ਸ਼ਜਰਾ ਕੱਢਿਆ ਵੇਖਿਆ ਵੁਖਿਆ ਕਿ ਕਿਧਰੇ ਤਾਂ ਬਰਾਦਰੀ ਰਲਦੀ ਹੁੰਦੀ ਜਿਹੜਾ ਅਮਾਨ ਹੋਵੇ ਤੇ ਜਿਹਦੀ ਕਿਧਰੇ ਰਲੇ ਹੀ ਨਾ ਫਿਰ ਉਹ ਕਿਹਦੂ ਦਾ ਅਮਾਨ ਹੋਇਆ ਤੇ ਹੋ ਜਾਂਦਾ ਸਾਰੀਆਂ ਬਰਾਦਰੀਆਂ 'ਚ ਵੀ ਇਵੇਂ ਸਾਰੀਆਂ ਬਰਾਦਰੀਆਂ ਜਿਹੜੀਆਂ ਦੂਜੀਆਂ ਨੇ ਉਹਨਾਂ 'ਚ ਵੀ ਇਵੇਂ ਹੁੰਦਾ ਹੈ ਕੋਈ ਜਿਹੜਾ ਹੈਗਾ ਨਾ ਕੋਈ 4 ਪੈਸੇ ਆਏ ਜਦੋਂ ਵੱਲ ਹੋਇਆ ਤਾਂ ਸਾਰਾ ਤੋਂ ਪਹਿਲੇ ਕੌਮ ਬਦਲਣੀ ਬਾਕੀ ਕੰਮ ਬਾਅਦ ਸਾਰਾ ਤੋਂ ਪਹਿਲੇ ਕੌਮ ਬਦਲ ਉਹ ਚਿਵਾਣਾ ਬਣ ਜਾਂਦਾ ਵੀ ਹੁਣ ਦਾਣੇ ਵਾਹ ਵਾਹ ਹੋ ਗਏ ਚਿਵਾਣਾ ਬਣ ਜਾਂਦਾ ਕੋਈ ਕੀ ਬਣਾ ਫਿਰਦਾ ਕੋਈ ਹਰ ਕੀ ਮਤਲਬ ਕੌਮ ਨੂੰ ਅਸੀਂ ਹਿੱਟ ਨਹੀਂ ਕਰਦੇ ਹੈਗੇ ਮਤਲਬ ਕੌਮ ਆਪਣੀ ਬਦਲ ਲੈਂਦੀ ਹੈਗੀ ਬਦਲ ਲੈਂਦੇ ਤੇ ਇੱਥੇ ਵੀ ਜਿਹੜਾ ਉਕਾੜਾ ਚ ਗਿਆ ਇੱਥੇ ਤਕਰੀਬਨ 15-20 ਪਿੰਡ ਹੈਗੇ ਨੇ ਜਿਹੜੇ ਤੁਸੀਂ ਮੇਰੀ ਸੁਣ ਲੈ ਹਾਂ ਮੁਨਾਫ ਦਾ ਮੁਨਾਫ ਮਲਕ ਦਾ ਮਲਕ ਕਸੀ ਸ਼ਾਹ ਦਾ ਕਸੀ ਸ਼ਾਹ ਮੇਰ ਸ਼ਾਹ ਦਾ ਮੇਰ ਸ਼ਾਹ ਰਹਿਮਨ ਸ਼ਾਹ ਦਾ ਰਹਿਮਨ ਸ਼ਾਹ ਮੁਹੰਮਦ ਸ਼ਾਹ ਦਾ ਮੁਹੰਮਦ ਸ਼ਾਹ ਹਜ਼ਰਤ ਅਬਾਸ ਦਾ ਹਜ਼ਰਤ ਅਬਾਸ ਇਮਾਮ ਹਨੀਫ ਦਾ ਇਮਾਮ ਹਨੀਫ ਹਜ਼ਰਤ ਅਲੀ ਦਾ ਅਲੀ ਮੁਤਲਬ ਦਾ ਮੁਤਲਬ ਹਾਸ਼ਮ ਦਾ ਹਾਸ਼ਮ ਅਬਦੁਲ ਮੁਨਾਫ ਦਾ ਮਾਸ਼ਾ ਅੱਲਾਹ ਨਾਜ਼ਰੀਨ ਤੁਸੀਂ ਸੁਣਿਆ ਕਿੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ 88 ਹਾਊਸ ਕਾ 88 ਮਤਲਬ ਏਅਰਸ ਕਾ ਬੰਦਾ 88 ਸਾਲ ਦੀ ਉਮਰ ਮੈਂ ਇਤਨਾ ਹਾਫਜ਼ਾ ਹਾਫਜ਼ਾ ਇੰਨਾ ਤੇਜ਼ ਹੈਗਾ ਆਪਣਾ ਬਕਾਇਦਾ ਸ਼ਜਰਾ ਯਾਦ ਉਹਨਾਂ ਨੂੰ ਸ਼ਜਰਾ ਪੂਰਾ ਦੱਸੀ ਨੇ ਤੇ ਜਿਹੜਾ ਪਹਿਲਾਂ ਕੇ ਦਾਦਾ ਜੀ ਗੱਲ ਕਰ ਰਹੇ ਸਨ ਵੀ ਕੋਈ ਜਵਾਨ ਐਵੇਂ ਅਮਾਨ ਬਣ ਜਾਂਦੇ ਹੈਗੇ ਨੇ ਤੇ ਉਹ ਜੀ ਫਰਕ ਹੁੰਦਾ ਹੈਗਾ ਹਰ ਬਰਾਦਰੀ ਚੀਜ਼ਦਾਰੀ ਗੱਲ ਹੈ ਵੀ ਉਹ ਪਤਾ ਹੁੰਦਾ ਬੰਦੇ ਨੂੰ ਆਦੀ ਬਰਾਦਰੀ ਦਾ ਆਦੀ ਕੌਮ ਦਾ ਪਤਾ ਹੁੰਦਾ ਕਿਹੜਾ ਹੈ ਅਤੇ ਕਿਹੜਾ ਨਹੀਂ ਹੈਗਾ ਅਤੇ ਉਹ ਸਾਰਾ ਬੰਦਾ ਜਿਹੜਾ ਹੈਗਾ ਨਾ ਦੇ ਹਿਸਾਬ ਨਾਲ ਨਹੀਂ ਹੁੰਦਾ ਅਤੇ ਜਿਹੜਾ ਹੈਗਾ ਤੁਸੀਂ ਕਹਿ ਰਹੇ ਸੋ ਇਹਦੇ ਬਾਰੇ ਕਰਮਾਂ ਵਾਲੇ ਦੇ ਬਾਰੇ ਉਹਨਾਂ ਦੇ ਬਾਰੇ ਗੱਲ ਸੁਣਾਈ ਸੀ ਚਿੜੀ ਵਾਲੀ ਪਤਾ ਨਹੀਂ ਕਿਵੇਂ ਕਰਕੇ ਗੱਲ ਸੁਣਾਈ ਸੀ ਮਤਲਬ ਬੈਠੇ ਸਨ ਕਿਤੇ ਤੇ ਚਿੜੀ ਆਮ ਤੇ ਜਿਹੜਾ ਮੁਰੀਦ ਹੈਗਾ ਜੇ ਤੁਸੀਂ ਬੰਨਾ ਵਾਲੇ ਸਰਕਾਰ ਦੇ ਨਹੀਂ ਇਹ ਪੀਰ ਹੁਸੈਨ ਸ਼ਾਹ ਦੇ ਇਹ ਹੁਸੈਨ ਸ਼ਾਹ ਦੇ ਇਹ ਹੁਸੈਨ ਸ਼ਾਹ ਦੇ ਬੰਨਾ ਵਾਲੇ ਆਪਣੇ ਪੀਰਾਂ ਦਾ ਜਿਹੜਾ ਆਪਣੇ ਪੀਰ ਵੱਡੇ ਹਾਂ ਇੰਡੀਆ ਦੇ ਵਿੱਚ ਜਿਹੜਾ ਪੀਰ ਹੁਸੈਨ ਸ਼ਾਹ ਨਹੀਂ ਸੀ ਉਹ ਜਿਹੜਾ ਕੀ ਹੈਗਾ ਬਾਲਾ ਪੀਰ ਜਿੱਥੇ ਆਪਾਂ ਗਏ ਸੀ ਲਾਸਟ ਟਾਈਮ ਹਾਂ ਮੁਹੰਮਦ ਗੌਸ ਉਹ ਵਣਾ ਤੇ ਹੇਠ ਬੈਠੇ ਹੋਏ ਆ ਤ੍ਰੀਜੀ ਵਾਰੀ ਆਈ ਨਾ ਉਸ ਆਪਣੇ ਜਿਹੜਾ ਉਹ ਦਰਵੇਸ਼ਾਂ ਨੂੰ ਆਖਿਆ ਵੀ ਉੱਥੋਂ ਦੋ ਜਣੇ ਜਾਓ ਚਿੜੀ ਦੇ ਨਾਲ ਜਾਓ ਨਮਸ ਲਾਲ ਕਰਕੇ ਆਓ ਉਧਰ ਦੋ ਦਰਵੇਸ਼ ਉੱਠ ਖਲੋਤੇ ਉਹ ਚਿੜੀ ਅੱਗੇ ਅੱਗੇ ਉੱਡੀ ਗਈ ਤੇ ਅੱਗੇ ਰੁੱਖ ਆ ਜਾਂਦਾ ਬਾਹਰ ਦੇ ਕਰਕੇ
ਉਹ ਚਿੜੀ ਬਾਜ ਕੇ ਜਾ ਕੇ ਉਹਦੇ ਤੇ ਬੈਠੀ ਹਾਂ ਕੀਤੀ ਆ ਕਰੋ ਕਰੋ ਗੱਲ ਕਰੋ ਉਹ ਚਿੜੀ ਜਾ ਕੇ ਜਿਹੜਾ ਨਹੀਂ ਉਹ ਰੁੱਖ ਦੇ ਉੱਤੇ ਬੈਠੀ ਹਾਂ ਉੱਥੇ ਕਾਂ ਕਾਂ ਤੇ ਉਹ ਬੰਦੇ ਮਗਰ ਦਰਵੇਸ਼ ਲਗੇ ਗਏ ਕਿ ਵੇਖਿਆ ਕੀ ਉਹਨਾਂ ਜਾ ਕੇ ਤੇ ਬੰਦੇ ਕਿ ਜਿੰਨਾ ਉੱਚਾ ਗਿਆ ਖੜਾ ਕਾਲਾ ਸੱਪ ਸੱਪ ਅਸੀਂ ਕਰਕੇ ਤੇ ਅਸੀਂ ਅਸੀਂ ਚੜ੍ਹਦਾ ਪਿਆ ਜੀ ਵਿੱਚ ਉਹਦੇ ਬੱਚੇ ਖਾਣ ਵਾਸਤੇ ਉਹਦੇ ਕੋਲ ਉਹਨਾਂ ਫੜਿਆ ਅਤੇ ਜਿਹੜਾ ਆਪਨੇ ਫਰਮਾਇਆ ਵੀ ਆ ਮਸਲਾ ਹੁਣ ਤੇਰਾ ਹੱਲ ਹੋ ਗਿਆ ਹੁਣ ਜਾ ਕਰਾਂ ਸ਼ਾਬਾਸ਼ ਦੇਵਣ ਗਈ ਤੇ ਸ਼ੁਕਰੀਆ ਬੁਲਾਵਣ ਗਈ ਵੇਖੇ ਨਾ ਪੀਰ ਹੁਸੈਨ ਸ਼ਾਹ ਤੁਸੀਂ ਜਿਹੜਾ ਦੂਸਰਾ ਨਾਨਾ ਜੀ ਕੋਈ ਅਸ਼ਾਰ ਜਿਹੜੇ ਹੈਗੇ ਨੇ ਕੋਈ ਅੱਛੇ ਅਸ਼ਾਰ ਕੋਈ ਸ਼ੇਰ ਜਾਂ ਕੋਈ ਗੱਲ ਜਿਹੜੀ ਕੀ ਨਾ ਨਾਜ਼ਰੀਨ ਨੂੰ ਸੁਣਾਓ ਯਾਦ ਕਰੋ ਕਾਫ ਕਦਰ ਦੀ ਜ਼ਮੀਂ ਵਰਕ ਹੋ ਜਾਂਦੀ ਜਿਸ ਤਰ੍ਹਾਂ ਦੁਨੀਆ ਅਮਲ ਕਮਾਉਂਦੀ ਏ ਜਦੋਂ ਰੱਬ ਕਾ ਰਵਾਨ ਹੋਇਆ ਅਗੋ ਰੋਜ਼ੇ ਬਦਲੇ ਵੇਖਿਆ ਰੱਬ ਨੂੰ ਸ਼ਰਮ ਆਉਂਦੀ ਏ ਕਹਿਰ ਤੂੰ ਰੱਬ ਮਿਹਰ ਕਰਦਾ ਉੱਥੇ ਬਾਰਿਸ਼ ਭੇਜੀ ਜਾਂਦੀ ਏ ਸਦਕੇ ਜਾਵਾਂ ਉਸ ਕਮਲੀ ਵਾਲੜੇ ਤੂੰ ਜਿੰਨੀ ਤੁਰਬਤ ਪਈ ਫੈਦ ਕਮਾਉਂਦੀ ਦਾਦਾ ਜੀ ਤੁਸੀਂ ਹੁਣ ਕੋ ਸੁਣਾਓ ਮੈਂ ਥੱਕਿਆ ਥੱਕਿਆ ਬੈਠਾ ਥੱਕੇ ਬੈਠੇ ਮੰਜੀ ਤੇ ਹੋ ਜਾਓ ਥੱਕੇ ਤੋਂ ਲੈ ਕੇ ਕੁਰਸੀ ਤੇ ਬੈ ਕੁਰਸੀ ਤੇ ਬੈ ਮੰਜੀ ਤੇ ਹੋ ਜਾਓ ਮੰਜੀ ਤੇ ਹੋ ਜਾ ਹੋਰ ਕੋਈ ਗੱਲ ਇਸ ਤੋਂ ਇਲਾਵਾ ਕੋਈ ਇਸ਼ਾਰ ਜਿਵੇਂ ਕਿ ਬਾ ਮਾਸ਼ਾਅੱਲਾ ਬੱਲਾ ਚੰਬੇ ਦੀ ਬੂਟੀ ਤੇ ਮੁਰਸ਼ਦ ਮਨ ਵਿੱਚ ਲਾਈ ਹੂ ਤੇ ਮੈਂ ਕੁਰਬਾਨ ਨਾਥੂ ਬਾਹੂ ਜਿਸਨੇ ਬੂਟੀ ਲਾਈ ਹੂ ਹੈ ਤਾਂ ਸਾਹਿਬ ਲੰਮਾ ਸੋਚੇ ਤਾਂ ਬੋਲ ਇੰਨਾ ਹੀ ਬਹੁਤ ਹੈ ਇੰਨਾ ਹੀ ਬਹੁਤ ਹੈ ਇੱਕ ਅਲਫਾਜ਼ ਹੀ ਬਹੁਤ ਹੁੰਦਾ ਹੈਗਾ ਜਿਹੜਾ ਮਤਲਬ ਅੱਛਾ ਅਲਫਾਜ਼ ਹੋਵੇ ਉਹ ਇਹ ਹੈ ਤਾਂ ਨਾ ਅੱਲਾ ਫੱਲਾ ਆ ਚੰਬੇ ਦੀ ਬੂਟੀ ਤੇ ਮੁਰਸ਼ਦ ਮਨ ਵਿੱਚ ਲਾਈ ਹੂ ਤੇ ਨਫੀਆ ਸਬਾਤ ਦਾ ਪਾਣੀ ਮਿਲਿਆ ਤੇ ਹਰ ਰਗੇ ਹਰ ਜਾਈ ਹੂ ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਾਂ ਪਰ ਆਈ ਹੂ ਤੇ ਮੈਂ ਕੁਰਬਾਨ ਨਾਥੂ ਬਾਹੂ ਜਿਸਨੇ ਬੂਟੀ ਲਾਈ ਹੂ ਮਾਸ਼ਾਅੱਲਾ ਇਹ ਮੁਰਸ਼ਦ ਦੀ ਤਾਰੀਫ ਕਾ ਕਰਦਾ ਹਜ਼ਰਤ ਸੁਲਤਾਨ ਬਾਹੂ ਅੱਛਾ ਇੱਕ ਹੋਰ ਗੱਲ ਹਜ਼ਰਤ ਸੁਲਤਾਨ ਬਾਹੂ ਵੀ ਆਪਣੇ ਅਵਾਨ ਹੋ ਗਏ ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਹੈਗਾ ਨਾ ਕੋਈ ਬਜ਼ੁਰਗ ਕੋਈ ਅੱਛੇ ਕੋਈ ਹੋਰ ਅਵਾਨ ਹੋ ਗੁਜ਼ਰੇ ਹੋਣ ਉਹ ਹੈਗੇ ਨੇ ਅਵਾਨ ਬੜੇ ਦਰਵੇਸ਼ ਅਵਾਨ ਹੈ ਹਜ਼ਰਤ ਸੁਲਤਾਨ ਬਾਹੂ ਆਰਿਫ ਹੀਰ ਸਰਨਾ ਇਹ ਇਹਨਾਂ ਦੇ ਵਾਲਦ ਦਾ ਨਾਂ ਸੀ ਆਪਣਾ ਮੁਹੰਮਦ ਅਹਿਮਦ ਮੁਹੰਮਦ ਅਹਿਮਦ ਹਾਂ ਅਤੇ ਇਹ ਕੁਤਬ ਸ਼ਾਹ ਦੀ ਔਲਾਦ ਨੇ ਕੁਤਬ ਸ਼ਾਹ ਦੀ ਔਲਾਦ ਕੁਤਬ ਸ਼ਾਹ ਦੀ ਅਵਾਨ ਕੁਤਬ ਸ਼ਾਹ ਦੀ ਅਵਾਨ ਮੈਂ ਰੱਖੀ ਜਾ ਨਾ ਅਵਾਨ ਕੁਤਬ ਸ਼ਾਹ ਲੜੀ ਉਤਰ ਲੜਦੀ ਅੱਛਾ ਕਦ ਕੁੱਤਿਆਂ ਖੀਰ ਪਜਦੀ ਕਹਿ ਗਏ ਲੋਕ ਸਿਆਣੇ ਬਿਲਕੁਲ ਜੀ ਬਿਲਕੁਲ ਠੀਕ ਹੈ ਸਾਨੂੰ ਜੀ ਆਪਣੇ ਬਜ਼ੁਰਗਾਂ ਦੀ ਕਦਰ ਕਰਨੀ ਚਾਹੀਦੀ ਆਪਣੇ ਵੱਡਿਆਂ ਦੀ ਕਦਰ 'ਚ ਕਰਨੀ ਚਾਹੀਦੀ ਇਹਨਾਂ ਨਾਲ ਬੜੀਆਂ ਰੌਣਕਾਂ ਹੁੰਦੀਆਂ ਨੇ ਇਹ ਸਿਰਫ ਘਰ ਬੈਠੇ ਵਿਹਲੇ ਬੈਠੇ ਵੀ ਜਿਹੜਾ ਹੈਗਾ ਨਾ ਬੜੀ ਵੱਡੀ ਬਰਕਤ ਹੁੰਦੀ ਹੈਗੀ ਹੈ ਉਹ ਵਾਲਦ ਦੀ ਸ਼ਕਲ 'ਚ ਉਹ ਦਾਦੇ ਦੀ ਸ਼ਕਲ 'ਚ ਉਹ ਨਾਨੇ ਦੀ ਸ਼ਕਲ 'ਚ ਉਹ ਜਿਹੜੀ ਸ਼ਕਲ 'ਚ ਹੋਣ ਨਾ ਉਹਨਾਂ ਦੀ ਜੀ ਕਦਰ ਕਰਨੀ ਚਾਹੀਦੀ ਅੱਜ ਕੱਲ੍ਹ ਜਿਹੜਾ ਹੈਗਾ ਅੱਜ ਕੱਲ੍ਹ ਦੀ ਜਨਰੇਸ਼ਨ ਜਾਂ ਅੱਜ ਕੱਲ੍ਹ ਦੇ ਜਦੀਦ ਦੌਰ ਦੇ ਮੁਤਾਬਕ ਇਹਨਾਂ ਦੀ ਕਦਰ ਨਹੀਂ ਕੀਤੀ ਜਾਂਦੀ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਕਦਰ ਕਰੋ ਇਹ ਜਿਹੜਾ ਹੈਗਾ ਨਾ ਇਹ ਸਭ ਤੋਂ ਵੱਡੀ ਸਮਝ ਲਓ ਵੀ ਨੇਕੀ ਹੈਗੀ ਹੈ ਸਭ ਤੋਂ ਅੱਛਾ ਜਿਹੜਾ ਹੈਗਾ ਨਾ ਸਮਰ ਹੈਗਾ ਅਤੇ ਠੀਕ ਹੈ ਨਾਜ਼ਰੀਨ ਸਾਨੂੰ ਇਜਾਜ਼ਤ ਦਿਓ ਅੱਜ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਸਨ ਅਤੇ ਇੰਨੀਆਂ ਹੀ ਹੈਗੀਆਂ ਸਨ ਅੱਜ ਦਾ ਮੇਨ ਜਿਹੜਾ ਮੌਜੂ ਹੈਗਾ ਸੀ ਉਹ ਹੈਗਾ ਸੀ
14 اگست دے حوالے نال آزادی دے حوالے نال پرانے دور دے حوالے نال پرانا وقت کس طرح ہے گا سی کس طرح لوٹی وغیرہ پئی او تساں سارے تو پہلے سن رہے ہے پھر آخر تے اسی چند گلاں کیتیاں گئے نے تے پھر اسی دوڑے تو اجازت چاہواں گے دادا جی یا نانا جی مزید تسی کو گل کرنا چاہندے جے تے تسی کر سکدے ادر وائز سانو دے دے ہاں جی اللہ مکیاں پئی ٹھیک ہے ناظرین اللہ حافظ پھر ملدے ہاں اگلی ویڈیو چ امید ہے کہ دونوں ویڈیو اچھی لگی ہوئی گئے اسی بڑی محنت نال بنائی ہے بے بس کتاب نو ٹھپ مولا ناظرین سنو بے بس کتاب نو ٹھپ مولا سن عشق دی بات سنا کوئی ہاں صورت لے لا وا شرمت نہ سمجھ مینوں صورت یار دی اصل دکھا تا نہیں من من دے نال ان پن ہوئی نہ من کے سبق پڑھا سانو اکو حرف بوٹیا شرف والا نہ بہ دے پے آسان بہت اچھا آواز ہی کولی ہاں چھیکڑ اے جی آخری گل سی ٹھیک ہے ناظرین اللہ حافظ اللہ دونوں بھی خوش رکھے اللہ سارے خوش رکھے شکریہ